ਸੱਕੀ ਬਾਬਾ ਇੱਕ ਸਿੱਖ ਦੁਬਾਰੇ ਲੈ ਕੇ ਆਇਆ ਤੁਹਾਡੇ ਵਾਸਤੇ। ਉਹ ਭੈਣ ਦੇ ਯਾਰ, ਉਹ ਪਹਿਲਾਂ ਵਾਲਾ 100 ਪੱਟ ਮਸਾਂ ਬਣਾਇਆ ਸੀ, 2.5 ਸਾਲ ਲੱਗ ਗਏ ਸੀ ਸਾਨੂੰ। ਹੁਣ ਕਈ ਕਰੀ ਜਾਂਦੇ ਨੇ ਬਿੱਲੇ ਮਾਰ ਲੈ ਕੇ, ਉਹ ਬਿੱਲੇ ਮਾਰ ਤਾਂ ਬੰਦ ਹੋ ਗਈ, ਹੁਣ ਤਾਂ ਮੁਸ਼ਕਲ ਹੈ। ਬਾਕੀ ਟਾਈਮ ਆਉਣ 'ਤੇ ਦੇਖਾਂਗੇ, ਕੋਈ ਗੱਲ ਨਹੀਂ। ਹੁਣ ਟਰਕੀ ਬਾਬਾ 101 ਤੋਂ ਲੈ ਕੇ ਲਗਾਤਾਰ ਚੱਲੂ, ਅਤੇ ਵਿੱਚ ਮੇਰੇ ਸਾਲੇ ਕੁਛ ਕੁ ਬੰਦੇ ਮਿਸ ਹੋ ਗਏ, ਕੁਛ ਕੁ ਬੰਦੇ ਕੈਨੇਡਾ ਵੱਗ ਗਏ, ਕੁਛ ਕੁ ਬਾਹਰ ਵੱਗ ਗਏ ਆਸਟ੍ਰੇਲੀਆ, ਤਾਂ ਉਹਦੀ ਥਾਂ 'ਤੇ ਨਵੇਂ ਕਰੈਕਟਰ ਲਿਆਂਦੇ। ਆਮਲੀਆਂ ਦੀ ਥਾਂ 'ਤੇ ਨਵੇਂ ਆਮਲੀ ਆ ਗਏ, ਇਸ ਵਾਰ ਤਾਂ ਮੁੰਡੇ ਵੀ 4 ਆ ਗਏ ਮੇਰੇ। ਅਤੇ ਕਹਾਣੀ ਸਾਰੀ ਉੱਥੋਂ ਹੀ ਚੱਲੂ ਜਿੱਥੋਂ ਬੰਦ ਹੋਈ ਸੀ, ਬਸ ਕਰੈਕਟਰ ਨਵੇਂ ਆ ਗਏ। ਤੁਹਾਨੂੰ ਪੂਰਾ ਸਵਾਦ ਲਿਓ, ਠੀਕ ਹੈ? ਠਰਕੀ ਬਾਬਾ 101। ਮੇਰੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਕਿਰਪਾ ਕਰਕੇ ਸਮਾਜ ਸੇਵਕ, ਸੱਭਿਆਚਾਰਕ, ਧਾਰਮਿਕ ਬਿਰਤੀ ਵਾਲੇ ਲੋਕ ਅਤੇ ਫੇਸਬੁੱਕ ਵੱਡੇ ਵਿਦਵਾਨ ਅਤੇ ਬੀਬੀਆਂ ਸਾਡੀ ਵੀਡੀਓ ਨਾ ਦੇਖਣ, ਕਿਉਂਕਿ ਸਾਡੀ ਵੀਡੀਓ ਦੇ ਵਿੱਚ ਗਾਲਾਂ ਨਿਕਲ ਜਾਂਦੇ ਨੇ। ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਵੀ ਗਾਲਾਂ ਨਾ ਕੱਢੀਏ, ਸਾਡੇ ਵੀਰ ਫਿਰ ਵੀ ਆਪਦੇ ਜਜ਼ਬਾਤਾਂ ਨੂੰ ਕਾਬੂ ਨਹੀਂ ਕਰ ਸਕਦੇ, ਗਾਲ ਨਿਕਲ ਜਾਂਦੀ ਹੈ। ਇਹ ਵੀਡੀਓ ਸਾਡੀ ਲੁੱਚੇ ਲੰਡੇ ਅਤੇ ਕਾਲੇ ਤੇਲ ਵਾਲੇ ਵੀਰਾਂ ਵਾਸਤੇ ਹੈ। ਨਾ ਹੀ ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾ ਹੀ ਉਹ ਘੰਟੀ ਦਬਾਓ, ਕਿਉਂਕਿ ਯੂਟਿਊਬ ਫੇਸਬੁੱਕ 'ਤੇ ਬਹੁਤ ਵਧੀਆ ਵਧੀਆ ਚੀਜ਼ਾਂ ਪਈਆਂ, ਤੁਸੀਂ ਉਹ ਜਾ ਕੇ ਦੇਖੋ, ਸਾਡਾ ਗੰਦ ਨਾ ਦੇਖੋ। ਧੰਨਵਾਦ। ਕੀ ਗੱਲ ਮੁੰਡਿਆ, ਤੜਕੀ ਗੱਡੀ ਸਾਫ਼ ਕਰੀ ਜਾਂਦਾ ਤੂੰ? ਹੈ ਉਹ ਜਾ ਕੇ ਆਉਣਾ ਬਾਪੂ, ਮੈਂ ਤਾਂ ਕਿਤੇ ਕਿੱਥੇ ਜਾਣਾ ਹੈ? ਸਹੁਰੀ ਜਾਂਦਾ ਅੱਜ। ਉਹ ਸਹੁਰੀ ਕੀ ਕਰਨੀ ਹੈ? ਮੈਂ ਬਹੂ ਨੂੰ ਲੈ ਕੇ ਆਉਣਾ, ਬਹੁਤ ਦਿਨ ਹੋ ਗਏ ਬਾਪੂ ਗਈ ਨੂੰ। ਉਹ ਕਿੱਥੇ ਦਿਨ ਹੋਏ ਨੇ, 4 ਦਿਨ ਤਾਂ ਹਜੇ ਹੋਏ ਨੇ, ਖਰਚਾ ਆਪਾਂ ਇਕੱਠੀ ਵਗ ਚੱਲਾਂਗੇ। ਉਹ 4 ਦਿਨ ਵੀ ਬਾਪੂ, 4 ਮਹੀਨੇ ਵਰਗੇ ਨੇ, ਨਵਾਂ ਨਵਾਂ ਤਾਂ ਵਿਆਹ ਹੋਇਆ ਹਲੇ। ਉਹ ਕੋਈ ਨਾ, ਹਜੇ ਉਹਨਾਂ ਦੇ ਕੰਮ ਧੰਦੇ ਨਿਬੜ ਜਾਣ ਦੇ, ਲੈ ਆਵਾਂਗੇ ਆਪਾਂ ਇਕੱਠੇ। ਨਿਬੜ ਗਏ ਬਾਪੂ ਕੰਮ ਧੰਦੇ ਸਾਰੇ? ਓ ਹੋ ਯਾਰ, ਨਹੀਂ ਨਹੀਂ, ਆਪਾਂ ਇਕੱਠੀ ਚੱਲਾਂਗੇ। ਕਿੱਧਰ ਜਾਂਦੇ ਹੋ? ਓ ਮੈਂ ਕਿੱਥੇ ਜਾਂਦਾ, ਉਹ ਜਾਂਦਾ। ਦੀਵਾਲੀ ਹਜੇ ਹੋਣੀ ਨੀ, ਹਜੇ ਆਪਾਂ ਖਰਚ ਇਕੱਠੇ ਲੈ ਆਵਾਂਗੇ। ਗੁੱਡੇ ਦੁਖਦੇ ਨੇ ਵਿਚਾਰੇ ਦੇ, ਮੈਂ ਕਿਹਾ ਵਿਆਹ ਤੋਂ ਬਾਅਦ ਕੰਮ ਧੰਦਾ ਕਿੰਨਾ ਹੁੰਦਾ? ਚੌਰਿਆ ਪੁੱਠਾ ਬੋਲਦਾ ਮੁੰਡਾ ਖੜਿਆ ਕੋਲ, ਸੌ ਲੱਗੇ ਜੇ ਮੈਂ ਪੁੱਠਾ ਬੋਲਿਆ, ਮੈਂ ਤਾਂ ਊ ਕਹਿਣਾ ਆਪਾਂ ਇਕੱਠੇ, ਤੂੰ ਵੀ ਨਾਲ ਵਗ ਚੱਲੀ। ਉਹ ਬੇਬੇ ਡਿੱਕਾ ਲਾ ਦਿੰਦਾ ਹਰੇਕ ਕੰਮ ਚ, ਇਹ ਮੂਹਰੇ ਹੋ ਜਾਂਦਾ। ਜਾਣਾ ਪੜਦਾ, ਮੈਂ ਕੁੜਮ ਨੂੰ ਮਿਲ ਆਊਂਗਾ, ਇਕੱਠੇ ਚੱਲਾਂਗੇ। ਦੇਖ ਲਾ ਮੇਰੀ ਗੱਲ ਸੁਣ ਲਾ, ਤੂੰ ਦਾ ਚੌਰਾ ਹੈਗੇ ਆ, ਉਹ ਦੋਨੇ ਜੀ ਗੱਲਾਂ ਕਰਦੇ ਆ ਜਾਣਗੇ ਉੱਥੋਂ। ਓਏ ਨਹੀਂ, ਆਪਾਂ ਚੱਲਾਂ ਕੁੜਮ ਦਾ ਨਹੀਂ ਪਤਾ ਲੱਗ ਕੇ, ਤੂੰ ਵੀ ਨਾਲ ਵਗ ਚੱਲੀ, ਤੂੰ ਮੂਹਰੇ ਬਹਿ ਜੀ, ਮੈਂ ਪਿੱਛੇ ਬਹਿ ਜੀ, ਬੋਲਦਾ ਨਹੀਂ ਮੈਂ, ਮੈਂ ਮੂੰਹ ਬੰਦ ਰੱਖ ਲੂ। ਉਹ ਬਾਪੂ ਸੁਣਾ ਲੱਗ ਕਹਿੰਦਾ ਤੇਰਾ ਨਹੀਂ ਬੰਦ ਰਹਿੰਦਾ, ਬੰਦ ਰੱਖ ਲੂ ਮਨਾ ਲੈ, ਕਹਿਦੇ ਮਾੜਾ ਜਿਹਾ ਇਕੱਠੇ ਵਗ ਚੱਲਾਂਗੇ, ਐਂ ਤਾਂ ਸਿਆਣੀ ਹੈ ਤੂੰ। ਪਿੱਛੇ ਬੈਠੀ ਮੇਰਾ? ਹਾਂ ਮੈਂ ਪਿੱਛੇ ਬਹਿ ਜੂ। ਕੱਪੜੇ ਬਦਲ ਲਾ ਬਾਪੂ, ਫਿਰ ਲਿਆ ਕੇ ਨੀ ਦਿੱਤੇ ਕੇਲੇ, ਮੇਰੇ ਤਾਂ ਗੋਡੇ ਦੁਖਦੇ ਰਹਿੰਦੇ ਆ।
ਤੈਨੂੰ ਤਾਂ ਕੀ ਲੱਗਦਾ ਕੀ ਮਰੀ ਜਾਨੀ ਆ ਦੁੱਧ ਪੀਆ ਬਾਡੀਆਂ ਬੜੇ ਨਜ਼ਾਰਾ ਜੇ ਖੁੱਲੇ ਕੱਠੇ ਆਣਗੇ ਹੋ ਸੇਠਾ ਕਿਵੇਂ ਆ ਹੋ ਲੱਖੇ ਕਿਵੇਂ ਆ ਗੋਟਾ ਵਧੀਆ ਤੂੰ ਦੱਸ ਵਧੀਆ ਵਧੀਆ ਕਿੱਥੇ ਤੁਰੇ ਫਿਰਦੇ ਹੋ ਬਸ ਇੱਥੇ ਤੇਰੇ ਕੋਲ ਹੀ ਆਏ ਸੀ ਇਹਨੂੰ ਕਿੱਥੇ ਲਈ ਫਤਿਹ ਜਵਾਕ ਜੀ ਨੂੰ ਜਵਾਕ ਨੂੰ ਤੇਰੇ ਕੋਲੇ ਰਖਾਉਣਾ ਸੀ ਕਿਉਂ ਉਹਦਾ ਵੇਲਾ ਤੁਰਿਆ ਕਰਦਾ ਯਾਰ ਇਹ ਹਾਂ ਭਾਈ ਇਹ ਰੂੜੀਆਂ ਰਾੜੀਆਂ ਤੇ ਮੈਂ ਵੀ ਇੱਕ ਦੋ ਵਾਰੀ ਦੇਖਿਆ ਗਾ ਪੜਦਾ ਪੁੜਦਾ ਵੀ ਨਹੀਂ ਹੈਗਾ ਤਾਂ ਹਨਾ ਨਾ ਕੰਮ ਤੇ ਫਿਰ ਰੱਖੇ ਰੱਖ ਲਾਂਗੇ ਫਿਰ ਦੇਖ ਲਾਂਗੇ ਤਾਂ ਲੈ ਕੇ ਟ੍ਰਾਇਲ ਦੇਖ ਲਾਂਗੇ ਵਧੀਆ ਕਰਦਾ ਹੋਇਆ ਰੱਖ ਲਾਂਗੇ ਕੋਈ ਗੱਲ ਨੀ ਹਾਂ ਛੱਡ ਜਾ ਫਿਰ ਤੂੰ ਮੇਰੇ ਕੋਲੇ ਛੱਡ ਜਾਂਦੇ ਆ ਮਾੜਾ ਮੋਟਾ ਦਾ ਖਰਚਾ ਪਾਣੀ ਕਰਦਾ ਖਰਚਾ ਪਾਣੀ ਹਜੇ ਕੁਛ ਨੀ ਮਿਲਦਾ ਦੇਖ ਵੀ ਮੂਹਰੇ ਪਹਿਲਾਂ ਦੇਖਣਾ ਪਊ ਕੰਮ ਚ ਖਿਆਉਣਾ ਪਊਗਾ ਜਵਾਕ ਅੱਛਾ ਮੂਹਰੇ ਦੇ ਦਿਆ ਕਰਨਾ ਖਰਚਾ ਪਾਣੀ ਛੱਡ ਜਾ ਜੇ ਸਹੀ ਚੱਲਿਆ ਤਾਂ ਰੱਖ ਲੂੰਗਾ ਨਹੀਂ ਭਾਈ ਮੈਂ ਰੱਖ ਨੀ ਸਕਦਾ ہمارے زمانے میں ایک روپے میں جو بریانی آتی تھی پڑھیا نہیں تھی کیا ਸਾਰਾ ਜੀ ਜਾਣੀ ਕਰ ਕਿਹੜੀ ਉਮਰ ਸੀ ਤੇਰੀ ਐਂ ਕਰ ਆਹ ਸਾਫ਼ ਸਫਾਈ ਕਰ ਤੇ ਲੜੀਆਂ ਲੁੜੀਆਂ ਚੈੱਕ ਕਰਕੇ ਰਹਿ ਕੱਪੜਾ ਤਾਂ ਹੈਨੀ ਕੱਪੜਾ ਤੈਨੂੰ ਦੱਸਾਂਗਾ ਕੱਪੜਾ ਤੈਨੂੰ ਫੜ ਆ ਲੈ ਸਾਰਾ ਸਾਫ਼ ਸਫਾਈ ਝਾੜ ਦੇ ਸਾਰੇ ਦੇਖੀ ਬੋਲ ਕੇ ਯਾਰ ਆਹ ਵੀ ਕੰਮ ਲੋਟ ਆ ਗਿਆ ਸਾਰਾ ਤੇ ਮੇਰੀ ਵੀ ਤੂੰ ਹੀ ਦੱਸ ਕੋਈ ਨਾ ਕੋਈ ਨਾ ਬੋਚ ਕੇ ਮਾਰ ਦੇ ਸਾਰਾ ਸਿਖਾ ਦੂੰਗਾ ਤੈਨੂੰ ਬੇਬੇ ਉਹ ਮਾਂ ਕਿੱਥੇ ਆ ਬੇਬੇ ਆ ਪੁੱਤ ਆ ਗਿਆ ਕੀ ਕਾ ਪੁੱਤ ਬੜ ਕੇ ਹਾਂ ਮੈਂ ਉਧਰ ਹੱਕਾ ਮਰੀ ਇਹਨਾਂ ਤੂੰ ਇੱਥੇ ਬੈਠੀ ਆ ਪੁੱਤ ਭਾਂਡੇ ਮਾਂਜੀ ਜਾਂਦੀ ਸੀ ਨਾਲੇ ਤੂੰ ਆ ਗਿਆ ਚੱਲ ਮੈਂ ਚਾਹ ਬਣਾ ਲਾਂਗੀ ਨਾਲੇ ਤੂੰ ਰੋਟੀ ਖਾ ਲਈ ਪੁੱਤ ਚਾਹ ਰੋਟੀ ਦਾ ਹੱਡ ਬੇਬੇ ਉਹ ਤਾਂ ਬਾਅਦ ਚੋਂ ਹੀ ਖਾਊਂਗਾ ਅੱਛਾ ਪੁੱਤ ਮੈਂ ਤਾਂ ਇੱਕ ਗੱਲ ਕਰਨੀ ਸੀ ਤੇਰੇ ਨਾਲ ਲੈ ਮੇਰਾ ਸੋਹਣਾ ਪੁੱਤ ਦੋ ਕਰ ਪੁੱਤ ਗੱਲਾਂ ਤੂੰ ਬੇਬੇ ਮੈਨੂੰ ਤਾਂ ਫੀਸ ਚਾਹੀਦੀ ਆ ਫੀਸ ਦਵਾ ਪਾਪੇ ਤੂੰ ਪੁੱਤ ਦਸ ਤਾਂ ਦਿਨ ਹੋਏ ਆ ਤੈਨੂੰ ਫੀਸ ਲੈ ਕੇ ਗਏ ਨੂੰ ਹਜੇ ਉਹ ਤਾਂ ਬੇਬੇ ਕੱਚੇ ਪੇਪਰਾਂ ਦੀ ਫੀਸ ਭਰੀ ਸੀ ਪਿਛਲੇ ਮਹੀਨੇ ਅੱਛਾ ਐਤਕੀ ਪੱਕੇ ਪੇਪਰ ਆਉਂਦੇ ਨੇ ਮੂਹਰੇ ਉਹਨਾਂ ਦੀ ਫੀਸ ਚਾਹੀਦੀ ਆ ਨਾਲੇ ਸਾਡਾ ਟੂਰ ਜਾਊਗਾ ਐਤਕੀ ਇਹ ਕੀ ਹੁੰਦਾ ਪੁੱਤ ਇਹ ਬੇਬੇ ਮੁੰਡੇ ਕੁੜੀਆਂ ਇਕੱਠੇ ਜਾਂਦੇ ਹੁੰਦੇ ਆ ਬਾਹਰ ਘੁੰਮਣ ਬੇ ਤੂੰ ਕੋਈ ਚੰਦ ਨਾ ਚੜਾ ਦੀ ਤੇਰੀਆਂ ਕਦੇ ਲੱਲਣ ਲਾ ਦੇ ਤੇਰੀਆਂ ਪੜਾਈਆਂ ਉਹ ਨਹੀਂ ਲੈ ਕੇ ਭਾਜੇ ਕੋਈ ਉੱਥੋਂ ਉਹ ਇਹੋ ਜੀ ਗੱਲ ਨਹੀਂ ਹੈਗੀ ਬੇਬੇ ਕੁੜੀਆਂ ਅੱਡ ਜਾਣਗੀਆਂ ਬੱਸ 'ਚ ਮੁੰਡੇ ਅੱਡ ਜਾਣਗੇ ਨਾਲੇ ਮੈਡਮ ਮਾਸਟਰ ਸਾਡੇ ਨਾਲ ਜਾਣਗੇ ਠੀਕ ਆ ਪੁੱਤ ਤੇ ਨਾਲੇ ਪੈਸੇ ਦਵਾ ਦੀ ਮੈਨੂੰ 4,000 ਤਾਂ ਪੇਪਰਾਂ ਦੀ ਫੀਸ ਹੈਗੀ ਅੱਛਾ 4,000 ਰੁਪਇਆ ਟੂਰ ਦੀ ਫੀਸ ਹੈਗੀ 8,000 ਰੁਪਇਆ ਦਵਾ ਦੀ ਪਾਪੇ ਤੋਂ ਠੀਕ ਹੈ ਦਵਾ ਦੂੰ ਪੁੱਤ 10 ਦਵਾ ਦੂੰ ਪੁੱਤ ਪਰ ਪਹਿਲੇ ਨੰਬਰ ਤੇ ਆਉਣਾ ਮੇਰੇ ਪੁੱਤ ਨੇ ਕੋਈ ਗੱਲ ਨਹੀਂ ਬੇਬੇ ਮੈਂ ਪੂਰੀ ਪੜ੍ਹਾਈ ਕਰੂੰਗਾ ਐਤਕੀ ਪਹਿਲੇ ਨੰਬਰ ਤੇ ਆ ਕੇ ਦਿਖਾਊਂਗਾ ਠੀਕ ਹੈ ਪੜ੍ਹਦਾ ਕਿੱਥੇ ਆ ਪੁੱਤ ਤੂੰ ਉਹ ਸੰਗਰੂਰ ਪੜ੍ਹਦਾ ਬੇਬੇ ਰਣਵੀਰ 'ਚ ਦੱਸਿਆ ਤਾਂ ਹੈਗਾ ਸੀ ਪਹਿਲਾਂ ਵੀ ਪੁੱਤ ਮੈਂ ਪੜ੍ਹ ਜਾਂ ਭੁੱਲ ਜਾਂਦੇ ਤੇਰਾ ਰਣਵੀਰ ਰਣਬੂਰ ਹੋਰ ਚੱਲ ਪੁੱਤ ਦਬਾਵਾ ਤੈਨੂੰ ਫੀਸ ਚੱਲ ਖੜਾ ਹੋ ਹੋਰ ਮੈਂ ਤਾਂ ਤੈਨੂੰ ਕਿਹਾਗਾ ਉਹ ਪਾਪੇ ਕੋਲੇ ਤਾਂ ਮੈਂ ਗਿਆ ਨਹੀਂ ਉਹ ਤਾਂ ਪੈਂਦਾ ਮਗਰ ਪੈ ਜਾਂਦਾ ਗਾ ਉਹ ਤਾਂ ਤਾਂ ਹੀ ਆ ਉਹ ਤਾਂ ਅੱਗ ਲੱਗੜਾ ਇੰਨੇ ਰੁਪਏ ਲਈ ਫਿਰ ਤਾਂ ਆਪ ਗਾਲਦਾ ਫਿਰ ਤਾਂ ਚੱਲ ਤੈਨੂੰ ਦਵਾਵਾਂ ਰੁਪਏ ਉਹੀ ਤਾਂ ਗੱਲ ਆ ਹੀ ਨਹੀਂ ਪਤਾ ਜੇ ਮੈਂ ਸਿੱਧਾ ਜਾਂਦਾ ਹੀ ਨਹੀਂ ਪਤਾ ਮੈਨੂੰ ਗਾਲਾਂ ਕੱਢਣ ਲੱਗ ਜਾਂਦਾ ਤਾਂ ਕਿਤੇ ਹੋਰ ਨਾ ਕੱਢਦਾ ਗਾਲਾਂ ਆ ਜਾ ਪੁੱਤ ਗੱਲ ਸੁਣ ਲੈ ਮੇਰੀ ਹੁਣ ਕਦੇ ਕਦੇ ਤੂੰ ਹੋਇਆ ਕਰੇਂਗਾ ਦੁਕਾਨ ਤੇ ਤੈਨੂੰ ਮੈਂ ਸਾਰਾ ਰੇਟ ਸਮਝਾਉਣਾ ਠੀਕ ਆ ਕਿਤੇ ਹੋਰ ਹੀ ਦੀ ਜਾਵੇਂ ਆ ਦੇਖ ਖੜਾ ਹੋ ਉਹ ਖੜਾ ਜਿਹਦੀ ਤਾਹ ਲੈ ਰਹੀ ਹੈਗੀ ਇਹ 3 ਰੁਪਈਆਂ ਵਾਲੀ ਆ ਠੀਕ ਆ ਆਹ ਲੜੀਆ ਦਾ ਨੀਲੇ ਰੰਗ ਦੀ ਇਹ 5 ਰੁਪਏ ਦੀ ਲੜੀਆ ਠੀਕ ਆ ਇਹ ਆਹ ਗੰਜਾ ਪਿਆ ਗਾ ਮੇਰੇ ਚਿੰਦਾ ਕਾ ਇਹ ਰੁਪਈਏ ਦਾ ਇੱਕ ਆ ਠੀਕ ਆ ਹੁਣ ਤੂੰ ਇਹਨੂੰ ਐਂ ਰੱਖ ਜੇ 10 ਰੁਪਈਆਂ ਦਾ ਕੋਈ 10 ਰੁਪਈਏ ਫੜਾ ਦੇ ਤੈਨੂੰ 3 ਰੁਪਈਆਂ ਦਾ ਸੌਦਾ ਲਵੇ
ਕਿੰਨੇ ਮੋਰੇਗਾ ਉਹਨੂੰ? ਸੱਤ। ਛਹਿਲਾ ਤੂੰ, ਤੇ ਇੱਕ ਗੱਲ ਸੋਚ ਸੁਣ ਲੈ ਮੇਰੀ, ਧੂਫ ਨੂੰ ਹੱਥ ਨਹੀਂ ਲਾਉਣਾ ਹੈਗਾ ਤੈਨੂੰ, ਕਿਤੇ ਧੂਫ ਨੂੰ ਹੱਥ ਲਾਉਣ, ਠੀਕ ਹੈ? ਹਾਂ, ਨਾ ਹੀ ਗੱਲੇ ਕੋਲ ਜਾਣਾ ਗਾ, ਧੂਫ ਮੈਂ ਆਪ ਹੀ ਕਰੂੰਗਾ, ਠੀਕ ਆ? ਗਲਾਹੀ ਗਲੂਹੀ ਕਰਨ ਜਾਇਆ ਕਰਾਂਗੇ, ਚੱਲ ਮੂਹਰੇ ਹੁਣ ਆਪਾਂ ਮੌਸਮ ਵਧੀਆ ਆ ਗਿਆ ਵਾਢੀ ਵੂਢੀ ਅਤੇ ਪੈਸੇ ਪੁੱਛੇ ਇਕੱਠੇ ਕਰਾਂਗੇ, ਠੀਕ ਹੈ? ਗਰਾਹੀ ਬਹੁਤ ਫਸੀ ਪਈ ਆ ਆਪਣੀ। ਹਾਂ, ਹੁਣ ਮੈਨੂੰ ਸਹਾਰਾ ਹੋ ਗਿਆ, ਇੱਕ ਤਾਂ ਤਰਕੇ ਆ ਕਿਸੇ ਦੇ ਹਾਂ ਮਾਂਜਾ ਮਾਰ ਦਿਆ ਕਰੀ, ਠੀਕ ਆ? ਬਾਕੀ ਮੈਂ ਆਪੇ ਕਰਦਿਆ ਕਰੂੰ ਸਾਰਾ ਕੰਮ। ਚੱਲ ਠੀਕ ਆ, ਲੱਗ ਜਾ ਕੰਮ 'ਤੇ। ਉਹ ਲੱਖਾ ਓਏ, ਉਰੇ ਆ ਮਾੜਾ ਜਾ, ਆਇਆ ਆ ਜਾ ਕਰਾਂ। ਹਾਂ ਬਾਪੂ, ਆ ਜਾ ਬਹਿ ਜਾ ਇੱਥੇ ਕਰਾਂ, ਖੜ ਜਾ। ਉਹ ਕਣਕ ਨੂੰ ਪਾਣੀ ਲਾ ਤਾ ਵੀਰ ਬਾਲ 'ਚ? ਉਹ ਕਿੱਦਾਂ ਦਾ ਲਾ ਕੇ ਪਾਣੀ ਬਾਪੂ, ਬੰਦ ਵੀ ਕਰਿਆ? ਉਹ ਪਾਣੀ ਕਿਉਂ ਬੰਦ ਕਰਤਾ ਇੰਨਾ ਛੇਤੀ ਯਾਰ, ਹਜੇ ਤਾਂ ਇੰਨੀ ਅੱਗ ਪੈਂਦੀ ਹੈ, ਕਣਕਾਂ ਹਜੇ ਕੱਚੀਆਂ ਨੇ। ਉਹ ਕਣਕਾਂ ਦਾ ਬਾਪੂ ਵੱਢਣ ਵਾਲੀਆਂ ਹੋ ਰਹੀਆਂ ਯਾਰ। ਉਹ ਕੁੜੀ ਚੋਦਿਆ ਰੇਸਲਾ ਬਾਣ, ਉਹ ਪਾਣੀ ਭਾਲਦਾ ਹੁੰਦਾ, ਇੱਕ ਪਾਣੀ ਹੋਰ ਲਾਉਣਾ ਸੀ। ਓਏ ਨਹੀਂ ਬਾਪੂ ਯਾਰ, ਇਹ ਦੁਬਾਰਾ ਕਣਕ ਡਿੱਗਣੀ ਹੈ ਯਾਰ। ਓਏ ਨਹੀਂ ਡਿੱਗਦੀ, ਕੁੜੀ ਚੋਦਿਆ ਜਦੋਂ ਆਖਰੀ ਪਾਣੀ ਲਾਉਣੇ ਨਾ, ਦਾਣਾ ਮੋਟਾ ਹੁੰਦਾ। ਓਏ ਬਾਪੂ ਸਾਨੂੰ ਸਾਰਾ ਪਤਾ ਯਾਰ, ਤੂੰ ਐਵੇਂ ਆਪ ਦੀਆਂ ਨਾ ਮਰੀ ਜਾਏ। ਕੁੜੀ ਚੋਦਾ ਸਾਰੀ ਉਮਰ ਮੇਰੀ ਖੇਤੀ ਕਰਦੀ ਸੀ ਡਾਂਗੀ, ਜੋ ਪਹਿਲੇ ਹੀ ਪਾਣੀ ਬੰਦ ਕਰਦਾ ਦਾਣਾ ਪਿਚਕ ਜਾਂਦਾ, ਪਾਣੀ ਨਾਲ ਗਾਣਾ ਫੁੱਲਦਾ। ਓਏ ਤੁਹਾਡੇ ਵੇਲੇ ਕਿਹੜੀਆਂ ਖੇਤੀਆਂ ਸੀ ਬਾਪੂ ਯਾਰ, ਕਿਹੜੇ ਪਾਣੀ ਸੀ? ਆਪ ਦੀਆਂ ਨਾ ਮਰੀ ਜਾਇਆ ਕਰ, ਤੂੰ ਸਾਨੂੰ ਸਾਰਾ ਪਤਾ, ਪੜ੍ਹੇ ਲਿਖੇ ਹਾਂ ਅਸੀਂ। ਪੜ੍ਹੇ ਲਿਖੇ ਉੱਥੇ ਫਾਰਮੂਲਾ ਪੜ੍ਹਨਾ ਹੁੰਦਾ, ਬਟ ਨਹੀਂ ਲੱਭਣਾ ਹੁੰਦਾ। ਓਏ ਸਾਰਾ ਕੁਛ ਪਤਾ ਬਾਪੂ ਯਾਰ। ਉਹ ਪਾਣੀ ਲਾ ਦੀ, ਇੱਕ ਝਾੜ ਕੱਟ ਗਿਆ, ਮੈਂ ਤੇਰੀ ਪਿੱਠੀ ਪਿੱਠ ਕੁੱਟੂ ਫਿਰ ਮੈਂ। ਓਏ ਲਾ ਦਿਆਂਗੇ ਯਾਰ, ਤੂੰ ਗੱਲ ਨਾ ਪਿਆ ਕਰ। ਲਾ ਦਿਆਂਗੇ, ਕੱਲ ਨੂੰ ਚੱਲਾਂਗੇ ਆਪਾਂ ਖੇਤ, ਬਾਗ ਚੱਲਾਂਗੇ, ਨਾਲੇ ਗੇੜਾ ਮਾਰ ਆਵਾਂਗੇ। ਹਾਂ ਆਹੋ। ਹੋਰ ਗੱਲ ਸੁਣ ਪਏ ਮਗਰਾ? ਹਾਂ ਬਹਿ ਜਾ ਬੇਬੇ, ਗੱਲ ਕਰਨੀ ਹੈ ਤੇਰੇ ਨਾਲ ਇੱਕ। ਮੈਂ ਕਰ ਲੈ ਗੱਲ, ਤੂੰ ਦੱਸ ਕੀ ਗੱਲਾਂ ਕਰੇਂਗੀ, ਸਾਰਾ ਟੱਬਰ ਉੱਠ ਕੇ ਤੁਰਿਆ ਫਿਰਦਾ, ਕੋਈ ਕੰਮ ਕਰ ਲੋ। ਕੰਮ ਹੀ ਕਰਦੀ ਆਈ ਆ ਮੈਂ, ਭਾਂਡੇ ਮਾਂਜ ਕੇ ਆਈ ਆ। ਅਗਲੇ ਕੀਕੇ ਪੁੱਤ ਨੂੰ ਫੀਸ ਚਾਹੀਦੀ ਆ। ਹੈ? ਹਾਂ। ਕਿਹੜੀ ਫੀਸ? ਹੁਣ ਤਾਂ 10 ਦਿਨ ਪਹਿਲਾਂ ਫੀਸ ਭਰੀ ਹੈ। ਕੱਚੇ ਪੇਪਰਾਂ ਦੀ ਸੀ ਉਹ, ਪੱਕੇ ਆ ਗਏ ਹੁਣ ਇਹਦੇ, ਕੀ ਆ ਗਏ ਪੜਾਈ 'ਚ ਡੱਕਾ ਲਾਈ ਜਾਣਾ ਮੁੰਡੇ ਦੀ ਚ। ਇਹ ਕਿਧਰੇ ਨਹੀਂ ਪੜਦੇ ਪੁੜਦੇ ਮੁੰਡੇ ਖੁੰਡੇ, ਅੱਜ ਕੱਲ ਪੜਦੇ ਪੁੜਦੇ ਨਹੀਂ ਹੈਗੇ। ਹੋਰ ਕੀ ਕਰਦਾ ਦੇਖ ਰਿਹਾ, ਹੁਸ਼ਿਆਰ ਆ, ਪੂਰਾ ਪਹਿਲੇ ਨੰਬਰ ਤੇ ਆਉਂਦਾ ਅਗਲਾ। ਸਾਰਾ ਦਿਨ ਕਾਲਜਾਂ ਮੂਹਰੇ ਤੀਵੀਆਂ ਪਿੱਛੇ ਤੁਰੇ ਫਿਰਦੇ ਰਹਿੰਦੇ ਨੇ ਇਹ। ਬੇਚੌਰਿਆ, ਜੇ ਤੂੰ ਐ ਜਾਂ ਇਹ ਨਹੀਂ ਮੁੰਡਾ, ਕਿੰਨਾ ਸ਼ਰੀਫ ਮੁੰਡਾ ਮੇਰਾ। ਤੈਨੂੰ ਲੱਗਦਾ ਸ਼ਰੀਫ? ਉੱਥੇ ਜਾ ਕੇ ਦੇਖ, ਇੱਕ ਦਿਨ ਨਹੀਂ ਪੜਿਆ ਹੋਣਾ, ਉੱਥੇ ਕਾਲਜ ਮੂਹਰੇ ਖੜੇ ਰਹਿੰਦੇ ਨੇ ਸਾਰਾ ਦਿਨ। ਤੂੰ ਪੜਿਆ ਕਿਤੇ ਮੂਹਰ ਦੀ ਨੰਗਿਆ ਕਿਤੇ ਕਾਲਜ ਦੇ? ਮੈਂ ਦੇਖਿਆ, ਮੈਂ ਇੱਕ ਦਿਨ ਰੱਖ, ਇਹਦਾ ਪੁੱਠੀਆਂ ਗੱਲਾਂ ਹੀ ਕਰਦਾ। ਉਹ ਮੈਂ ਰਕਸ਼ੇ ਮੂਰ ਦੀ ਗਿਆ, ਮੈਨੂੰ ਪਤਾ ਤੂੰ ਕਿਹੜੇ ਕਰਦਾ, ਪੜਾਈਆਂ ਨੂੰ ਹਟਾ ਕੇ ਖੇਤੀਬਾੜੀ ਕਰਾ ਲੈ। ਵਿੱਚ ਆਉਰਿਆ ਹੁਣ ਕਾਰਜ ਕੂਰਜ ਛੱਡ ਦੇ ਕੋਈ, ਉਧਰ ਨਾ ਪਿੰਡ 'ਚ ਤਾਂ ਬੇਇੱਜ਼ਤੀ ਕਰਵਾਤੀ ਤੂੰ ਸਾਡੀ। ਓਏ ਰਹਿਣ ਦੇ, ਇਹਨੂੰ ਹਟਾ ਕੇ ਕੰਮ ਕੁੰਮ ਕਰਾ ਲੈ। ਫੀਸ ਦੇ ਉਹਨੂੰ ਭੈਣ ਦੇ ਯਾਰ ਦੇ, ਰੋਜ਼ ਹੀ ਫੀਸ ਕਿੰਨੀ ਫੀਸ ਆ ਓਏ? 4000 ਆ ਬਾਪੂ। 4000 ਭੈਣ ਚੋਦ, ਤਾਂ ਪਹਿਲ ਕੇ ਤਾਂ 3000 ਹੁੰਦੀ ਸੀ, ਹੁਣ 4 ਕਰਤੀ ਹੈ। ਗੱਲ ਸੁਣਾ, ਹਾਂ, ਇਕੱਲੇ 4000 ਨੂੰ ਰੋ ਨਾ, 4 ਹੋਰ ਦੇਣਾ ਪਊ ਇਹਨੂੰ। 4 ਹੋਰ? 4 ਕਾਹਦਾ ਹੋਰ? ਇਹਨੇ ਘੁੰਮਣ ਜਾਣਾ ਗਾ, ਘੁੰਮਣ ਨੂੰ ਭੈਣ ਚੋ ਥਾਈਲੈਂਡ ਜਾਣਾ ਨਾ। ਥਾਈਲੈਂਡ ਤੂੰ ਵਗ ਗਿਆ, ਇਹਨੇ ਤਾਂ ਸ਼ਿਮਲੇ ਜਾਣਾ। ਕੁੜੀ ਚੋ ਦੇ ਕਿਉਂ ਮੁੰਡਾ ਪੜਨੀ ਆ, ਕਿਉਂ ਤੂੰ ਲੁੱਤੀਆਂ ਲਈ ਜਾਂਦੀ ਆ ਭੈਣ ਚੋ ਦੀ, ਕਣਕ ਆ ਜਾਂਦੇ 1000 ਰੁਪਏ ਹੈ ਨੀ ਇਹਨੇ। ਆਰਤੀ ਤੋਂ ਫੜਦੀ ਚੁੱਪ ਕਰਕੇ, ਕਹਦੇ ਹੱਸਣ ਕੱਢਣ ਦੇਣਾ, 4 ਦਿਨ ਵਿਚਾਰਾ ਹੋ ਜੂਗਾ, ਗੋਰਾ ਹੋ ਜੂਗਾ ਪਹਾੜਾਂ 'ਚ ਜਾ ਕੇ। ਪਹਾੜਾਂ 'ਚ ਕੀ ਕਰੂ ਭੈਣ ਚੋ ਦੀ, ਕੋਈ ਧੱਕਾ ਦੇ ਕੇ ਥੱਲੇ ਛੱਡ ਦੋ ਤੈਨੂੰ ਪਹਾੜਾਂ 'ਚ। ਉਹ ਮੈਨੂੰ ਨਹੀਂ ਪਤਾ ਬਾਪੂ, ਮੈਂ ਤਾਂ ਜਾਣਾ ਯਾਰ। ਉੱਥੇ ਕੋਈ ਫਾਇਦਾ ਨਹੀਂ, ਬਰਫ਼ ਵਾਲੀ ਆ, ਬੰਦਾ ਤਿਲਕ ਤੁਲਕ ਜੇ ਕੀ ਕਰੂਗਾ ਪਹਾੜਾਂ 'ਚ। ਉਹ ਕੋਈ ਨਾ ਯਾਰ, ਤੂੰ ਸਤਾਬ ਦੀ ਮਾਰ ਕੇ ਭਾਗ ਜਾਂਦੇ ਹੋ। ਦੇਣੇ ਆ ਕਿ ਨਾ, ਇਹ ਤਾਂ 100 ਤਿਲਕੂ ਉੱਥੇ ਬਰਫ਼ ਦੇ ਗੋਲੇ ਹੀ ਮਾਰੂਗਾ ਇੱਕ ਦੂਜੇ ਆਪਦੇ ਮਿੱਤਰਾਂ ਦੇ।
ਕੰਮ ਕੁੰਮ ਕਰਾ ਲਾ ਤੂੰ, ਰਹਿਣ ਦੇ ਕੱਲੀ ਫੀਸ ਭਰ ਦੂ ਮੈਂ 4000, ਤੂੰ ਘੁੰਮਣ ਨੂੰ ਰਹਿਣ ਦੇ ਪੁੱਤ। ਨਾ ਮੈਂ ਤਾਂ ਟੂਰ ਦੱਸ ਦੇਣਾ ਪਊਗਾ, 2000 ਦੇ ਕੱਪੜੇ ਵੀ ਲੈਣੇ ਨੇ ਭੈਣ ਦੀ। ਛੋਲੀ ਗਾਹੀ ਗਾਹ ਵਧੀਆ ਨਹੀਂ ਹੈ ਭੈਣ ਚੋ ਦੀ ਕੁੱਤੀ ਆ, ਦੇਖ ਲਾ ਬੇਬੇ ਤਾਂ ਪੁੱਠੇ 8 ਲੈਣੀ 8 ਲੈ ਲਈਆਂ ਤੂੰ, ਦੱਸ ਦੇਈ ਉਹਨੇ ਨੂੰ ਭੈਣ ਚੋ ਦੀ ਗਾਹਾਂ ਗਾਹਾਂ ਵਧੀ ਜਾਂਦੀ ਹੈ ਸਾਲੀ ਬਣੀਆ, ਦੱਸ ਦੀ 8000 ਲੈ ਜੀ ਬੇ। 2000 ਇੰਨੇ ਸੋਹਣੇ ਕੱਪੜੇ ਪਾ ਕੇ ਆਉਣਗੇ ਮੁੰਡੇ ਉੱਥੇ, ਇਹਦੇ ਪਾਟੇ ਚੰਗੇ ਲੱਗਣਗੇ ਉੱਥੇ। ਇੰਨੇ ਦਾ ਕੱਪੜੇ ਨੇ ਭੈਣ ਚੋ, ਨਿਮਾਰੀਆਂ ਭਰੀਆਂ ਪਈਆਂ, ਰੋਜ਼ ਹੀ ਕੱਪੜੇ ਕੱਪੜੇ ਕਰੀ ਜਾਊਗੀ। ਮੈਂ ਧੋਨੀ ਆ, ਮੈਨੂੰ ਪਤਾ ਬਹੂ ਤਾਂ ਨਹੀਂ ਹੱਥ ਲਾਉਂਦੀ, ਐਡਾ ਮੋਹਰਾ ਹੋ ਰਿਹਾ ਨਿੱਕਰ ਵਿੱਚ ਐਡਾ। ਸਾਰੀ ਉਮਰ ਹੋ ਗਈ ਭੈਣ ਚੋ ਦੀ, 2 ਚਾਦਰੇ ਨੂੰ ਉਹੀ ਪਾਈ ਜਾਂਦੇ, ਇਹਨਾਂ ਨੂੰ ਰੋਜ਼ ਕੱਪੜੇ ਦਵਾਈ ਜਾਂਦੀਆਂ। ਬੇ ਤੇਰੇ ਚਾਦਰੇ ਦੇ ਮੁੱਲ ਦੇ ਸਾਰੇ ਕੱਪੜੇ ਆ ਜਾਂਦੇ ਉਹਦੇ, ਸਾਰੇ ਆ ਜਾਂਦੇ ਨੇ। ਚੱਲ ਲੈ ਜੀ ਦੱਸ ਲੈ ਜੀ, ਨਾਲੇ ਫੋਨ ਵੀ ਹੈ ਨੀ ਬਾਪੂ ਵਾਲਾ, ਫੋਨ ਲੈ ਕੇ ਜਾਊਂਗਾ ਮੈਂ। ਫੋਨ ਨਾ ਤੈਨੂੰ ਕਿਤੇ ਭੈਣ ਚੋ ਸਾਲਾ ਫੋਨ ਦਾ, ਮੇਰੇ ਫੋਨ ਤੇ ਅੱਖ ਰੱਖੀ ਰੱਖਿਓ। ਕਣਕ ਕੁਣਕ ਵੱਢ ਲਈਏ ਹਜੇ ਭੈਣ ਦਾ, ਕੰਮ ਧੰਦਾ ਕਰਾ ਤੂੰ ਹਜੇ ਘੁੰਮਿਆ, ਫੇਰ ਦਵਾ ਦਾਂਗੇ, ਦਵਾ ਦੂੰਗਾ। ਤੂੰ ਕਿਉਂ ਦੋ ਕਾਹਦਾ ਵੇ, ਦੇਖ ਪੁੱਤ ਕਿੱਡਾ ਚੰਗਾ ਤੇਰਾ ਪਿਓ। ਓਏ ਤਾਂ ਦੱਸਤਾ ਤੇਰਾ 2000 ਦਾ ਮੈਨੂੰ ਉੱਥੋਂ ਸਿਲਾ ਜੀਤ ਲਿਆ। ਕੀ ਕਰਨਾ ਸਿਲਾ ਜੀਤਦਾ ਤੂੰ ਭੈਣ ਚੋਦੀ, ਕਣਕ ਵਾਢੀ ਆਉਣ ਵਾਲੀ, ਕਣਕ ਨਹੀਂ ਵੱਢਾਂਗੇ ਬੇ, ਸਿਲਾ ਜੀਤਣਾ ਨਹੀਂ ਤੇਰੇ ਭਾਰ ਪੈਣ ਲੱਗ ਜੂਆ। ਕਵੀ ਮਰੀ ਜੀ ਪੁੱਤ, ਉੱਥੇ ਅਸਲੀ ਮਿਲਦਾ ਪਿਓਰ ਕਹਿੰਦੇ। ਉਹ ਮੈਂ ਕੀ ਲੈਣਾ ਯਾਰ, ਉਹਦਾ ਪੁੱਠਾ ਜਿਹਾ ਕੰਮ ਕਰਾਈ ਜਾਂਦਾ, ਮੈਂ ਕੀ ਲੈਣਾ ਯਾਰ, ਤੂੰ ਚੁੱਪ ਕਰਕੇ ਲਿਆ ਜੀ। ਗੱਲ ਸੁਣ ਮੇਰੀ, ਮੈਨੂੰ ਨਹੀਂ ਪਤਾ ਯਾਰ, ਰੁਪਿਆ ਭਾਵਾਂ 12 ਦਾ 15 ਦੇ ਦੇ, ਇਹੋ ਜਿਹਾ ਕੁਛ ਨਹੀਂ ਲਿਆ ਕੇ ਦੇਣਾ ਪੱਗ ਸਵਾ, ਖਾਈ ਜਾਂਦਾ ਬੈਠਿਆ। ਭੈਣ ਦੀ ਡਾਂਗ ਲੈਣੀ, ਮੈਂ ਜਾਂਦਾ ਪੈਸੇ ਭੈਣ ਚ ਖੜ ਕੇ ਫਿਰ। ਕੋਈ ਨਾ ਬਾਪੂ, ਚੱਲ ਕੋਈ ਨਾ, ਤੈਨੂੰ ਬਦਾਮ ਬਦੂਮ ਲਿਆ ਦੂੰਗਾ। ਬਦਾਮ ਮੈਂ ਚਿਤਲਾ ਚ ਲੈਣੇ ਭੈਣ ਦੀ ਛੋਲੀ। ਕੀ ਬੋਲਦਾ ਮੁੰਡੇ ਪੂਰੇ, ਭੈਣ ਚੋ ਲਿਆ ਕੇ ਦੇਣਗਾ ਸਿਲਾ ਜੀ, ਤਾਂ ਰੁਪਈਏ ਲੈ ਜੀ, ਨਹੀਂ ਮੈਂ ਨਹੀਂ ਦਿੰਦਾ। ਬਾਪੂ ਬਦਾਮ ਲਿਆ ਦੂ ਯਾਰ, ਨਾਲੇ ਮੈਂ ਖਾ ਲਿਆ ਕਰੂੰ। ਬਦਾਮ ਭੈਣ ਦੀ ਛੋਲੀ ਖਾਣਾ, ਬਦਾਮ ਤਾਂ ਬਰਨਾਲੇ ਤੋਂ ਜਿੰਨੇ ਮਰਜ਼ੀ ਲੈ ਲਾ, ਤੇ ਪਿਓਰ ਮਿਲਦਾ ਸਿਲਾ ਜੀ ਪਹਾੜਾਂ ਤੋਂ ਲੈ ਲੈ ਲਿਆ ਦੀ ਯਾਰ ਤੂੰ। ਉਹ ਚੱਲ ਲਿਆ ਦੀ ਯਾਰ ਸਿਲਾ ਜੀ, ਤਾਂ ਨਾਲੇ ਮੈਂ ਖਾ ਲਿਆ ਕਰੂੰ ਵਿੱਚ ਦੀ। ਹਾਂ ਉਹ ਕਿੱਥੇ ਲਿਆ ਦੀ ਯਾਰ, ਅੱਜ ਤਾਂ ਇਹ ਸਿਲਾ ਜੀ ਮੰਗਦਾ, ਕੱਲੂ ਕਾਮਣੀਆਂ ਮੰਗੂਗਾ। ਉਹ ਕੀ ਹੁੰਦੀਆਂ ਵੇ, ਗੋਡਿਆਂ ਵਾਲੀਆਂ ਗੋਲੀਆਂ ਹੁੰਦੀਆਂ ਨੇ, ਮੈਨੂੰ ਵੀ ਲਿਆ ਕੇ ਖਵਾ, ਮੈਂ ਵੀ ਖਾਣੀਆਂ ਨੇ। ਕਿੰਨੇ ਵਾਰ ਤੇ ਲੈ ਤੇ ਤੇਲ ਤਾਂ ਕੀ ਕਰਨੀਆਂ, ਗੋਲੀਆਂ ਮਰੀਆਂ ਨੇ ਪਕਾਈ। ਕਿੱਥੇ ਲਾਇਆ ਤੂੰ ਮੇਰੇ, ਲਿਆ ਦੂੰਗਾ ਮੇਰੇ ਕੋਲ, ਲਿਆਂਦਾ ਪਿਆ ਤੂੰ ਯਾਰ, ਚੁੱਪ ਕਰਕੇ ਲਿਆ ਦੀ, ਲਿਆ ਦੇਗਾ। ਚੱਲ ਲਿਆ ਦੂੰਗਾ ਯਾਰ ਦੇਖ। ਹਾਂ ਨਾਲੇ ਪਹਾੜਾਂ 'ਚ ਧਿਆਨ ਨਾਲ ਰਹੀ, ਉੱਥੇ ਕੁੜੀ ਚੋਰ ਦਾ ਧੱਕਾ ਦੇ ਦਿੰਦੇ ਨੇ ਥੱਲੇ ਖਾਈ 'ਚ ਡਿੱਗੇ, ਬੰਦਾ ਨਹੀਂ ਥਿਆਉਂਦਾ ਮੁੜ ਕੇ, ਮੁੰਡਾ ਖੋਲੇਗੀ ਰੋਕ ਲਾ ਹਜੇ ਵੀ। ਐਡਾ ਕਾਮਲਾ ਨਹੀਂ ਹੈਗਾ ਮੇਰਾ ਪੁੱਤ ਤੇਰੇ ਵਰਗਾ, ਵੀ ਠੇਬੇ ਖਾਂਦਾ ਫਿਰੂ ਗਲੀਆਂ 'ਚ। ਭੈਣਦਾ ਯਾਰ ਦੇ ਲੈ ਜੀ ਪੈਸੇ, ਚੰਗਾ ਤੜਕੇ ਲੈ ਜੀ। ਤੜਕੇ ਨੂੰ ਕਿਤੇ ਇਹ ਗੱਲ ਨਾ ਹੋ ਜਾਏ ਮੁੱਕਰ ਜੀ। ਓਏ ਐ ਮੁੱਕਰਿਆ ਯਾਰ, ਮੈਂ ਦੱਸ ਮੈਨੂੰ ਨਹੀਂ ਜਵਾਨ ਵਾਲਾ ਪੁੱਤ, ਇਹ ਗੱਲ ਅੱਗੇ ਤੋਂ ਨਾ ਕਹਿਦੀ, ਜਵਾਨ ਹੈ ਇਹਦੀ ਪੂਰੀ। ਤੜਕੇ 12000 ਰੁਪਇਆ ਤੜਕੇ ਲੈ ਜੀ। ਬਸ ਠੀਕ ਆ, 12000 ਰੁਪਇਆ ਚਾਹੀਦਾ ਬੇਬੇ। ਹਾਂ ਚੰਗਾ ਲੈ ਜੀ ਲੈ ਜੀ, ਪੱਕੀ ਗੱਲ ਕਰ ਲੈ ਬੇਬੇ ਹੁਣ ਇਹਦੇ ਨਾਲ। ਓ ਨਹੀਂ ਮੁੱਕਰਦਾ ਪੁੱਤ। ਓਏ ਲੈ ਜੀ, ਹੱਥ ਨਹੀਂ ਫੜਾ ਦੂੰ ਭੈਣ ਦਾ ਖਤਮ, ਮੇਰੇ ਸਾਲੇ ਦੀ ਨੀਤ ਦੇਖ ਲੈ ਕਿੰਨੀ ਮਾੜੀ ਆ ਭੈਣ ਦੇ ਯਾਰਾਂ ਦੀ। ਤੇਰੇ ਤੇ ਗਈ ਆ ਨਾ, ਤੇਰੇ ਤੇ ਗਏ ਨੇ, ਭੈਣ ਦੀ ਛੋਲਾ ਖਾਣੀ, ਮੇਰੀ ਤਾਂ ਇੱਡੀ ਖੁੱਲੀ ਆ ਨੀਤ, ਨੀਤ ਭੈਣ ਦੀ ਬੁੱਧੀ ਸਾਰਾ ਕੁਝ ਖੁੱਲਾ ਤੇਰਾ ਤਾਂ। ਓਏ ਕੀ ਕਹਿਣਾ ਤੂੰ, ਕੁਛ ਨਹੀਂ, ਚੱਲੀ ਆਪਾਂ ਖੇਤ ਗੇੜਾ ਮਾਰ ਕੇ, ਤਾਂ ਅਸੀਂ ਕੁੱਤੇ ਭਕਾਈ ਮਰੀ ਜਾਣੀ। ਚੱਲ ਆ ਜਾ ਬਾਪੂ ਯਾਰ। ਹਾਂ ਨਾਲੇ ਗੱਡੀ ਲੈ ਕੇ ਜਾਣਾ ਮੈਂ, ਕੱਪੜੇ ਲੈ ਕੇ ਆਉਣੇ। ਸਾਲਾ ਬਣਾ ਗੱਡੀ ਦਾ ਭੈਣ ਦਾ, ਜਿਹੜਾ ਬਸ ਤੇ ਜਾਣਾ ਬਸ ਤੇ ਵਗ ਜਾ। ਬਸ ਬਸ ਤੇ ਨਹੀਂ, ਬੱਸਾਂ ਕਿੱਥੇ ਆਉਂਦੀਆਂ ਨੇ ਬਾਪੂ ਯਾਰ। ਭੈਣ ਚੋਦਾ ਰੋਜ਼ ਦਾ ਕਾਲਜ ਬਸ ਤੇ ਜਾਣਾ, 2000 ਦਾ ਤੇਰੀ ਬਚਾ ਦੂ ਏ। ਗੱਲ ਸੁਣ ਬੇ, ਐਡੇ ਘਰ ਦਾ ਮੁੰਡਾ ਬਸ ਤੇ ਜਾਂਦਾ ਸੋਹਣਾ ਲੱਗਦਾ, ਕਿੱਡਾ ਘਰ ਨੂੰ ਦੱਸ ਭੈਣ ਦੀ ਛੋਲੀ ਖਾਣੀ, ਸਾਰਾ ਘਰ ਵੇਚ ਦੇ ਇਹਨੂੰ, ਕਹਦੇ ਮਾਰਾ ਗੱਡੀ ਜਾ ਲੈ ਕੇ ਜਾਣਾ ਕੱਪੜੇ। 52 ਕਿੱਲੇ ਆਉਂਦੇ ਇਧਰ ਮਰਜ਼ੀ ਤੁਰਿਆ, ਫਿਰ ਭੈਣ ਦੀ ਛੋਲੀ ਖਾਣਾ, ਮੈਂ ਨਹੀਂ ਤੇਲ ਤੂਲ ਪਾਉਣਾ। ਭੈਣ ਦਾ ਯਾਰ ਕਿੱਥੋਂ ਚਮਲਾਈ ਜਾਂਦੀ ਇਹ,
ਮੇਰੇ ਨਾ ਮੇਕਅਪ ਦਾ ਸਮਾਨ ਮੁੱਕਿਆ ਪਿਆ ਗਾ। ਤੇ ਫਾਹਾ ਲੈਣਾ ਬਾਹਾਂ ਦਾ ਭਰੀਆਂ ਪਈਆਂ ਤੇ ਚੂੜੀਆਂ ਦੀਆਂ ਹਜੇ ਮੇਕਅਪ ਦੀ ਕਮੀ ਆ। ਚੂੜੀਆਂ ਦੀ ਗੱਲ ਨਹੀਂ ਕਰਦੀ ਮੈਂ, ਨੜਿਆ ਮਸਕਾਰਾ ਤੇ ਲਾਈਨਰ ਮੁੱਕਿਆ ਪਿਆ ਮੇਰਾ। ਕਿਹੜਾ ਮਸਕਾਰਾ, ਇੱਥੇ ਨਹੀਂ ਚੱਲਦੇ ਮਸਕਾਰੇ ਮਸਕੂਰੇ? ਕਿਉਂ ਨਹੀਂ ਚੱਲਦੇ ਗੇ, ਮੈਂ ਤਾਂ ਲਾਉਂਗੀ ਹੁਣ। ਉਹ ਕਿਉਂ ਜਰੂਰ ਕੱਢਦੀ ਆ, ਇਹਨਾਂ ਦਾ ਥੱਪਿਆ ਪਿਆ ਕੀ ਕਰਾਏਗੀ? ਕਿਹਦੇ ਵਾਸਤੇ ਤਿਆਰ ਹੁੰਦੀ ਆ ਮੈਂ? ਤੂੰ ਮੇਰੇ ਵਾਸਤੇ ਤਿਆਰ ਹੁੰਦੀ ਆ? ਫੇਰ ਮੈਨੂੰ ਤੂੰ ਬਿਨਾਂ ਮੇਕਅਪ ਤੋਂ ਵੀ ਫੇਟਾ, ਕੋਈ ਗੱਲ ਨਹੀਂ, ਮੈਨੂੰ ਨਹੀਂ ਪਤਾ, ਮੈਂ ਤਾਂ ਕਰੂੰਗੀ ਕਰੂੰਗੀ ਨਾਲੇ ਹੋਰ ਰਹਿਣ ਦੇ, ਮੈਨੂੰ ਲੈ ਕੇ ਚੱਲੋ ਦੁਕਾਨ ਤੇ। ਪਹਿਲਾਂ ਹੀ ਖਰਚਾ ਬਹੁਤ ਹੋ ਗਿਆ, ਮੈਨੂੰ ਦੁਕਾਨ ਤੇ ਲੈ ਕੇ ਚੱਲੋ ਉਹਨਾਂ ਦੇ। ਕਿਹਦੇ? ਉਹ ਲਾਲਾ ਨਹੀਂ ਤੇਲੂ, ਉਹ ਗੰਜੇ ਜਿਹੇ ਦੇ? ਹਾਂਜੀ, ਉਹਦੇ ਨਹੀਂ ਆਉਂਦੇ ਭੈਣ ਚੋਦਾ ਉਹ ਪੂਰਾ। ਤੁਹਾਨੂੰ ਕੀ ਕਹਿਤਾ ਉਹਨੇ? ਮੈਨੂੰ ਤਾਂ ਕੁਛ ਨਹੀਂ ਕਹਿੰਦਾ, ਸੋਨੂੰ ਬਾਹਲਾ ਕੁਛ ਕਹਿੰਦਾ ਉਹ। ਕੁਛ ਨਹੀਂ ਕਹਿੰਦਾ ਉਹ, ਉਹ ਤਾਂ ਬੁੜਾ ਵਿਚਾਰਾ। ਬਾਹਲਾ ਸੜਿਆ ਬੰਦਾ, ਆਪਾਂ ਕਿਤੋਂ ਹੋਰ ਲਿਆਵਾਂਗੇ? ਪਿੰਡ 'ਚ ਹੋਰ ਦੁਕਾਨ ਹੈ ਨਹੀਂ ਗੀ? ਨਹੀਂ, ਜਿਹੜੇ ਮੈਂ ਸਮਾਨ ਲੈਣਾ ਉੱਥੇ ਹੀ ਮਿਲੂਗਾ। ਉੱਥੋਂ ਕਿਵੇਂ ਮਿਲੂਗਾ? ਹਾਂ, ਹੋਰ ਕਿਸੇ ਦੇ ਨਹੀਂ ਮਿਲਦਾ। ਜੇ ਸ਼ਹਿਰ ਲੈ ਚੱਲੋ, ਮੈਨੂੰ ਦੁੱਗਣੇ ਪੈਸੇ ਲੱਗਣਗੇ ਤੁਹਾਡੇ ਫਿਰ। ਬੜਾ ਭੈਣ ਚੋਦਾ ਇਹਨਾਂ ਨੇ ਫਸਾਇਆ। ਚੱਲ ਚੰਗਾ, ਦੁਬਾਰਾ ਲਿਆਉਣਾਗਾ। ਚਲੋ ਫਿਰ, ਚਲ ਉਹਨੂੰ ਵੀ ਲੈ ਚੱਲ, ਸੋਨੀ ਨੂੰ ਬੋਲਵਾ। ਕਿਹਨੂੰ? ਉਹ ਤਾਂ ਕੀ ਕਰਵਾਉਣਾ ਨਾਲ ਜਾ ਕੇ? ਉਹ ਦੋ ਦਿਨਾਂ ਨੂੰ ਉਹ ਆਖੂਗੀ ਹੁਣ, ਇਕੱਠਾ ਤਾਂ ਜਾਬ ਨੂੰ ਨਵੇੜ ਦੇਊ ਤੁਹਾਡਾ। ਉਹਨੇ ਕੀ ਕਰਵਾਉਣਾ ਹੁਣ ਮੇਕਅਪ ਲੈ ਕੇ? ਤੂੰ ਕੀ ਕਰਾਉਣਾ? ਲੈ ਮੈਂ ਤਾਂ ਜਵਾਨ ਪਈ ਆ ਹਲੇ। ਤੇ ਉਹ ਕੀ ਖੁੰਡੀ ਤੇ ਤੁਰਦੀ ਐ? ਬੁੱਢੀ ਠੇਰੀ, ਉਹ ਤਾਂ ਕਰਵਾਉਣਾਗਾ। ਤੂੰ ਬੋਲਵਾ ਉਹਨੂੰ, ਸੋਨੀ, ਉਹ ਸੋਨੀ, ਉਹ ਤੂੰ ਕੀ ਕਰਾਉਣਾ ਨਾਲੇ ਹੋਰ ਔਰੇ ਆ ਆ ਕੇ ਨਾਲੇ ਇਹ ਨਹੀਂ ਕੀ ਜਲੂਸ ਕੱਢਿਆ ਬਾਲਾਂ ਦਾ? ਕੀ ਨੇ ਆਏ ਨੇ ਕੀ ਕਰਵਾਉਣਾ? ਬੁੱਢੀ ਠੇਰੀ ਹੋਈ ਪਈ ਹਲੇ। ਤੂੰ ਅੱਗੀ ਜਵਾਨ, ਬੁੱਢੀ ਠੇਰੀ ਹੋਈ ਪਈ ਆ, ਤੁਹਾਡੇ ਨਾਲ ਤਾਂ ਕਿਤੇ ਵੀ ਆ ਨੀ। ਆਪਣੀ ਉਮਰ ਦਾ ਲਿਹਾਜ਼ ਕਰ ਲੈ, ਆਪਣੀ ਉਮਰ ਦਾ ਲਿਹਾਜ਼ ਹੈਗਾ, ਤੁਸੀਂ ਕਰੋ ਲਿਹਾਜ਼, ਦੋ ਜਣੀਆਂ। ਥੋੜੀ ਲੋਕ ਸੁਣਦਾ, ਪਸ਼ੂ ਨੀ ਛੱਡਦੇ, ਮੈਂ ਤੀਵੀਂ ਛੱਡ ਜਾ। ਇਹ ਤੂੰ ਕੀ ਕਰਵਾਉਣਾ ਨਾਲ ਜਾ ਕੇ? ਇਹਨੂੰ ਘੁਮਾ ਲਿਆ ਕਰ ਰੋਜ, ਕੀ ਕਰਵਾਉਣਾ ਗਾ? ਲਿਆਉਣਾ ਸਮਾਨ ਕੇ ਨਹੀਂ ਲਿਆਉਣਾ? ਮੈਨੂੰ ਆਖਰੀ ਵਾਰੀ ਦੱਸ ਦੇ ਲਿਆਉਣਾ। ਚੱਲ ਫਿਰ ਮੂਹਰੇ ਲੱਗ, ਚੱਲ ਤੂੰ ਵੀ, ਚੱਲ ਸੋਨੀ। ਮੈਂ ਉਹਦੇ ਜਾ ਜਾਣੀ ਹੈਗੀ। ਉਹ ਬਗ, ਚੱਲ ਤੈਨੂੰ ਵੀ ਬੜੀ ਇੱਜ਼ਤ ਰਾਸ ਨਹੀਂ ਆਉਂਦੀ, ਮੈਂ ਲਾ ਲੈਣਾ। ਚੱਲ ਮਲੇਠਾ ਮਲੀ ਪਹਿਲਾਂ ਤਾਂ ਖੰਡ ਮੰਗਾਈਏ 5 ਕਿਲੋ, ਆਹੀ ਮਾਰ ਯਾਰ, ਸਾਰਾ ਕੁਛ ਨੀ ਹੁੰਦਾ, ਫੇਰ ਹੀ ਗੱਡੀ ਕੋਈ ਆਉਂਦਾ ਤਾਂ ਨੀ। ਇੱਥੇ ਪੋਸਟ ਵੀ ਪਿਆ ਸੀ, ਪਾਈ ਨਾ ਦੇ ਭੋਲਾ ਕੇ ਯਾਰ, ਕੁਦਰ ਕੇ ਜੇ ਪਾ ਦੇ ਕੋਈ ਨਾ ਦੇਖੀ ਜਾਓ, ਚਾਹ ਤਾਂ ਬੜਾ ਵਧੀਆ ਪਾਇਆ। ਚੱਲੀ ਜਾਓ, ਉਹ ਕਿੱਧਰ ਕਮਾ ਚ ਗਿਆ ਹੁਣ ਤੂੰ? ਬੜਾ ਖਾਸ ਮਾਂਦਾ, ਕਿਤੇ ਕੁਛ ਕਮਾ ਚ ਜਾਂਦਾ, ਕਿਤੇ ਕੁਛ। ਹਾਂ ਪੈਰ ਦੀ ਚਾਰ ਤਕੜਾ ਕੱਗ ਨਹੀਂ ਮੈਂ। ਉਹ ਤੋਤੇ, ਉਹ ਤੋਤੇ,
ਭੈਣ ਦੇ ਫੁੱਦੇ ਨੌ ਤੋਤੇ ਵਾਲਾ ਰੱਖੇ ਖੜਾ ਵੀ ਜੇ ਮੈਂ 4 ਵਜੇ ਟੈਂ ਟੈਂ ਕਰੂਗਾ ਸਾਲੇ ਉੱਠਦੇ ਹੈ ਨੀ ਨਸ਼ਾ ਪੁੱਤ। 5 ਰੁਪਏ ਸੇ ਖੇਲਣਾ ਸ਼ੁਰੂ ਕਰੋ ਔਰ 100 ਕਰੋੜ ਸੇ ਜ਼ਿਆਦਾ ਕੇ ਪ੍ਰਾਈਜ਼ ਪੂਲ ਸੇ ਜੀਤੋ। ਨਹੀਂ ਪੂਰੇ ਹੁੰਦੇ ਓ ਚਾਹ ਪੀ ਲਾ ਚਾਹ ਓ ਚਾਹ ਪੀ ਲਾ ਚਾਹ ਇਹਨਾਂ ਕੀ ਮਸਾ ਹੀ ਉੱਠਦੇ ਹੋ ਖਾਸਮਾ ਹੈਗਾ ਨਾਲੇ ਮਾੜਾ ਮੋਟਾ ਕੁਛ ਲਵੇ ਮਾਸਟਰ ਹਾਂ ਪੋਸਟ ਪੈ ਰਿਹਾ ਓਏ ਉਹ ਸਾਰਾ ਕੁਛ ਪਾਇਆ ਤੂੰ ਸੁੱਕਾ ਦੱਸ ਵੀ ਹੈਗਾ ਕੁਛ ਖਾਣ ਨੂੰ ਮਾੜਾ ਮੋਟਾ ਸੁੱਕਾ ਮੇਰੇ ਕੋਲ ਜਰਦਾ ਬਸ ਜਰਦਾ ਲਾ ਦੇ ਚਿੱਤੜਾ ਤੇ ਹੋਰ ਚੀਜ਼ ਦੱਸ ਕੋਈ ਖਾਣ ਪੀਣ ਵਾਲੀ ਤੂੰ ਜੇ ਹੈਗੀ ਆ ਪੂਰਾ ਖਾਣ ਪੀਣ ਨੂੰ ਭੈਣਦਾ ਯਾਰ ਮਹਾਰਾਜੇ ਦੇ ਘਰੇ ਬੈਠਾ ਹੋਏ ਉਹ ਮਹਾਰਾਜਾ ਤਾਂ ਆਪਣੇ ਘਰੇ ਕਿਤੇ ਪੰਡ ਨਾ ਸੱਟ ਜੇ ਤੂੰ ਆਪਣੀ ਗੱਲ ਕਰ ਵੀ ਹੋਊ ਮਾੜਾ ਮੋਟਾ ਕੁਛ ਲਵੇ ਲਾਉਣੇ ਕਿ ਨਹੀਂ ਮੈਂ ਚਾਹ ਪੀ ਕੇ ਚੱਲਦੇ ਹਾਂ ਆਪਾਂ ਮਾਲ ਪੱਤਾ ਪਿੰਡ 'ਚ ਬਥੇਰਾ ਉਹ ਐਂ ਤਾਂ ਤੁਰਿਆ ਵੀ ਨਹੀਂ ਜਾਣਾ ਆਕੜਿਆ ਪਿਆ ਸਰੀਰ ਜਮਾਂ ਮੈਂ ਚੁੰਡੀ ਨਾ ਲੈਂਦੇ ਆਇਆ ਚੁੰਡੀ ਤਾਂ ਫਿਰ ਤੂੰ ਛੱਡ ਹੁਣ ਤਾਂ ਤੂੰ ਹਿੱਲਾ ਕਰਕੇ ਦੇ ਕੋਈ ਕਰ ਜਾ ਤੇ ਕਿਸੇ ਨੂੰ ਤੂੰ ਅਰਦੇ ਦਾ ਕੀ ਲਾਉਣਾ ਪਹਿਲਾਂ ਹੀ ਬੁੱਲ ਤਾਂ ਸੁੱਕੇ ਪੈਣੇ ਮਾਰ ਮਾਰ ਪਚਕਿਆਰੀਆਂ ਥੋ ਨਾ ਖਰਾਬ ਕਰ ਤੂੰ ਆਹੀ ਮਸਾ ਮਾਂਜਾ ਲਾਇਆ ਇੰਨੀ ਲੱਗਦਾ ਹੈਗਾ ਭੈਣ ਦੀ ਪੁੱਤੀ ਤੇ ਮਹਾਰਾਣੀ ਨੇ ਆਉਣਾ ਉਹਨਾਂ ਨੇ ਹਿਸਾਬ ਦਾ ਲੱਗਦਾ ਫਿਰ ਵੀ ਕਹਿੰਦੇ ਨੇ ਅੰਬਲੀ ਡਿੱਗੇ ਪੈਣੇ ਖਾ ਕਰਨਾ ਸਾ ਕੋਈ ਘਰਦਾ ਨਹੀਂ ਕੋਈ ਬਾਹਰਦਾ ਨਹੀਂ ਬਣ ਗਈ ਤਾਂ ਬਣ ਕੇ ਚਾਹ ਪੀ ਕੇ ਦੇਖੇ ਚਾਹ ਹੀ ਕੰਮ ਕਰੂ ਤੂੰ ਤਾਂ ਕਰੇ ਕਿਹੜਾ ਕਰੇਗਾ ਕੰਮ ਮੈਨੂੰ ਪੋਸਟ ਪਾਸਟ ਦਾ ਵਧੀਆ ਪਾਇਆ ਪਾਣੀ ਫਿਰ ਬਾਕੀ ਜੇ ਖੜਤਾ ਜਾ ਹੁਣ ਕੱਚੀ ਪੀਵੇਗਾ ਮਾੜੀ ਪੂਲੀ ਤਾਂ ਆ ਜਾਂਦੇ ਮਾੜੀ ਮੋਟੀ ਕਰਾਰੇ ਵਾਲੀ ਚਾਹ ਹੋਵੇ ਫਿਰ ਹੀ ਕੰਮ ਹੋਵਾਂਗੇ ਫਿਰ ਉਹ ਲੱਕੜਾਂ ਤਾਂ ਪਹਿਲੇ ਬਥੇਰੀਆਂ ਲਾਈਆਂ ਪਈਆਂ ਨੇ ਵੀ ਚੱਕ ਕੇ ਲਿਆਂਦੀਆਂ ਸੀ ਰੁੱਕ ਕਿਸੇ ਦੀਆਂ ਹੁਣ ਕਿੱਧਰ ਚਾਗਣ ਜਾਏਗਾ ਤੂੰ ਉਹ ਬਣ ਗਈ ਚਾਹ ਤਾਂ ਲਾ ਦੀਏ ਫਿਰ ਤੋਤਿਆ ਬਣ ਗਈ ਕੋਈ ਉੱਤੇ ਨਾ ਵੇ ਚਾਹ ਵੀ ਪੂਰੇ ਟੋਪ ਦੇ ਬਣਾਈ ਆਪਾਂ ਨੇ ਤੋਲਾ ਤੋਲਾ ਆਓ ਵੀ ਕੋਈ ਉੱਤੇ ਨਾ ਵੇ ਆਹ ਮਾੜੀ ਜਿਹੀ ਅੱਗ ਬੰਦ ਕਰਦੇ ਇੱਧਰ ਬਾਹਰ ਡੱਕੇ ਕੱਢਦੇ ਅੱਗ ਬੰਦ ਉਹ ਚੱਪਲੇ ਨਾਲ ਨਹੀਂ ਕਰੀ ਦੀ ਹੁੰਦੀ ਕੁੜੀ ਤੋਦਿਆ ਉਹੀ ਤੋਦਿਆ ਗੱਲਾਂ ਕਰਨ ਲੱਗ ਜਾਣਾ ਡੱਕਿਆ ਹੋਇਆ ਤੂੰ ਵੀ ਆਹ ਲੈ ਪੀ ਲਾ ਚਾਹ ਹਜੇ ਤਾਂ ਬਾਬੇ ਦੀ ਵੀ ਨਹੀਂ ਕੱਢੀ ਸੀ ਅਜੇ ਕੋਈ ਤੂੰ ਤੈਨੂੰ ਚਾਹ ਦੇ ਟਾਈਮ ਹੀ ਆਉਣਾ ਹੁੰਦਾ ਹੋਏ ਲੋਕਾਂ ਦਾ ਸਰ ਹੀ ਪਿਆ ਯਾਰ ਬੈਂਗਣਾ ਮਾੜੀ ਮੂਈ ਤੇ ਸਾਡੀ ਚਾਹ ਸਾਡੇ ਕੋਲ ਕਿੱਥੇ ਆ ਮੈਂ ਇੰਦਾ ਜਾਣਾ ਪੜ੍ਹਦਾ ਆਪਦੇ ਜੋਗੀ ਆ ਚੰਗਾ ਜਰਦਾਨ ਮਾ ਜਾਣਾ ਹੁਣ ਲਵੇ ਬੰਦਾ ਇਹਨੂੰ ਵੀ ਪਿਆ ਦੇ ਘੁੱਟ ਯਾਰ ਕੀ ਉਹ ਪਾਇਆ ਗਾ ਡੋਡਾ ਵੀ ਪਾਇਆ
ਜੁੱਤਾਂ ਵਾਲਾ ਬੋਲਦਾ ਤੁਰਦਾ, ਮੈਂ ਤਾਂ ਨਾ ਬਸ ਮੂੰਹ ਬਣੇ ਮਕੜ ਕੇ ਆ ਜਾਣਾ ਇੱਥੇ। ਇਹ ਕਹਿੰਦਾ ਮੂੰਹ ਆ ਭੈਣ ਦੀ ਪੁੱਤੀ, ਜਦੋਂ ਚਾਹ ਚਾਹੀ ਆ ਉਦੋਂ ਆਉਂਦਾ ਹੈ। ਉਹਦੇ ਆਉਂਦੇ ਨੇ ਕਿਸੇ ਦਾ ਸੁੱਖ ਨੀ ਸਹਾਰਾ ਨੀ ਯਾਰ ਇਹਨਾਂ ਦਾ ਯਾਰ। ਫੇਰ ਮੱਚ ਗਈ ਉਹ ਬਜਾ ਦੋ ਮੇਰੇ ਲਾਣਿਓ, ਤੂੰ ਆ ਪਾਈ ਜਾਂਦੇ ਅੱਖਾਂ ਚ ਇੱਥੇ ਕੀ ਫਿਰ ਟੱਟੇ ਫੜਦਾ ਸੀ ਤੇ ਧੂੰਏ ਤੋਂ ਡਰ ਲੱਗਦਾ ਤੈਨੂੰ। ਗਾਣਾ ਜਿਹਾ ਬਣਿਆ ਇੰਨਾ ਜਾਣੇ ਅਸੀਂ ਕੱਢੂ ਫਿਰ ਗਾਣਾ ਦਾ। ਤੁਸੀਂ ਭੈਣ ਦੇ ਯਾਰ ਚਾਹਦੇ ਟਾਈਮ ਹੀ ਆਉਂਦੇ ਹੋ। ਸਾਰਾ ਕੁਛ ਜਦੋਂ ਬਣਿਆ ਬਣਾਇਆ ਆਉਂਦਾ ਉਦੋਂ ਹੀ ਆਉਂਦਾ ਜਮਾਂ ਉੱਪਰ, ਕੋਈ ਐਂ ਨਹੀਂ ਹੈਗਾ ਵੀ ਕੋਈ ਗੁੜ ਚਾਹ ਲੈ ਚੱਲੀਏ ਵਿਚਾਰੇ ਇਹਨਾਂ ਕੋਲ ਵੀ ਕਿੱਥੋਂ ਹੋਊ। ਇਹ ਤਾਂ ਆਪਣਾ ਵਾ ਮੂੰਹ ਚੋਂ ਕਢਾਉਣ ਵਾਲੀ ਗੱਲ ਨਾ ਬਣਾ। ਮਾਸਟਰ ਤੱਤੀ ਆ ਤੱਤੀ ਆ ਮਾੜੀ ਠੰਡੀ ਹੋ ਜਾਂਦੇ ਮਗਰ ਪਿਆ, ਕੋਈ ਹੌਲੀ ਹੌਲੀ ਪਾ ਕੇ ਚੱਲਾਂਗੇ, ਜਾਣਾ ਤਾਂ ਪਊਗਾ ਹੀ, ਹੁਣ ਚਾਹ ਦਾ ਅਸਰ ਲੈ ਕਰਕੇ ਹੈਗਾ ਅਸਰ ਮੈਂ ਖਸਮ ਮੌਕੇ ਤੇ ਪੱਤਾ ਵੀ ਗਮਾਚ ਗਿਆ ਆ ਗਿਆ। ਲੈ ਤੂੰ ਆਹੀ ਲੈ ਲਾ ਕੱਲਾ, ਹੁਣ ਚਾਹ ਤਾਂ ਰੱਖ ਦੇ ਸਾਡੇ ਦੋ ਵਾਰੀਆਂ ਚੱਕ ਯਾਰੀਆਂ ਰੱਖਦਾ ਯਾਰ ਤੂੰ। ਲਵਾ ਦੇ ਯਾਰ ਚੁੰਡੇ ਅਮਲੀ ਦਾ ਤਾਂ ਸ਼ਰਾਫ ਅਮਲੀ ਖੜਦੀ ਅਜੀਬ ਤੇ ਜਮਾ ਚਾਹ ਅਸੀਂ ਖੜੂ ਫਿਰ ਖੰਡ ਖੁੰਡ ਤਾਂ ਪਾ ਲਿਆ ਕਰੋ। ਖੰਡ ਨੂੰ ਭੈਣ ਚੋਦਾ ਭੂਆ ਕੋਲਿਆ ਆ ਇੱਥੇ ਭਾਲਦਾ ਖੰਡ ਤੇ ਤੂੰ ਐ ਮੰਨ ਵੀ ਤੈਨੂੰ ਚਾਹ ਪਿਆ ਦੀ ਅਸੀਂ ਤੂੰ ਤਾਂ ਮਨਾਂ ਨੂੰ ਮੂਡ ਖਰਾਬ ਕਰਦਾ ਨੇ ਉਹ ਜਮਾ ਚਾਹ ਦਾ ਸਾਰਾ ਨਸ਼ਾ ਤੋੜਦਾ ਮੇਰਾ ਸੋਣਿਆ। ਗੁੜ ਲਿਆ ਨਹੀਂ 5 ਕਿਲੋ ਉਹਨੇ ਆ ਦੂਆ ਕਾਦਾ ਤੋੜਾ ਸਾਡੇ ਘੜੇ ਬੋਝ ਕਹਿੰਦੇ ਨੇ ਜੇ ਪਾ ਲਈ ਇੱਥੇ ਤਾਂ ਤੋੜਾ ਜੇ ਤੁਹਾਡੇ ਘਰੇ ਨਹੀਂ ਲੈ ਵੀ ਹੁਣ ਬਣ ਗਈ ਗੱਲ ਤੋਤਿਆਂ ਚੱਲੀਆ ਲਵਾ ਦਾਂਗੇ ਗਲਾਸ ਮਾਂਜੂ ਯਾਰ ਆ ਕੇ ਮਾਂਜਾਂਗੇ ਯਾਰ ਹੁਣ ਕੀ ਲੜਾਂਗੇ ਤੇਰੇ ਨਾਲ ਇਹਨਾਂ ਨੂੰ ਚਾਹ ਪਿਆ ਮਹਿੰਗੇ ਭਾਅ ਦੀ ਲਿਆ ਕੇ ਚੱਲ ਚੱਲੀਏ ਯਾਰ ਤੂੰ ਮੈਂ ਤਾਂ ਘੜੇ ਨੀ ਮਾਂਜਿਆ ਕਿਤੇ ਘੜੇ ਤਾਂ ਤੇਰੇ ਕੋਲ ਹੈ ਚੱਕ ਲੈ ਛਤਰੀ ਲਾ ਲਾ ਇੱਥੇ ਕਿ ਨਾ ਸਾਡਾ ਆ ਜਾ ਕਰਾਂ ਚੱਲ ਬਾਪੂ। ਓਏ ਬੰਦਾ ਬੰਦਾ ਰੱਖ ਲੈ ਕੰਮ ਤੇਰੇ ਹਿਸਾਬ ਚ ਨਹੀਂ ਆਉਂਦਾ ਇਕੱਲੇ ਦੇ। ਉਹ ਬੰਦਾ ਪੈਸੇ 1,00,000 ਰੁਪਇਆ ਲੈਂਦਾ ਬਾਪੂ, ਉਹ ਫੇਰ ਕੀ ਹੁੰਦਾ ਕੰਮ ਵੀ ਕਰੂਗਾ ਅਗਲਾ। ਕੰਮ ਕਿਹੜਾ ਕਰਕੇ ਦਿੰਦੇ ਨੇ ਕੰਮ? ਕੰਮ ਕਿਹੜਾ ਕਰਕੇ ਦਿੰਦੇ ਨੇ? ਚੱਲ ਆਪਾਂ ਉਹ ਦੂਜੀ ਕਣਕ ਦੇਖ ਕੇ ਉੱਧਰ ਚੱਲ ਫਿਰ ਆ ਜਾ। ਪਾਣੀ ਲਾਉਣਾ ਪਊ ਇੱਕ ਹਜੇ। ਸਾਰੀ ਉਮਰ ਹੋ ਗਈ ਟੱਪਦਿਆਂ ਨੂੰ ਇੱਥੇ। ਆ ਕਣਕ ਦੇਖ ਕੇ ਆ ਜਾ ਚੱਲ
ਆ ਜਾ ਕੇ ਰਾਜਾ ਇੱਧਰ ਵੀ ਹੋ ਜਾ ਇੱਧਰ ਵੀ ਹੋ ਜਾ ਪਤਾ ਨੀ ਮੇਰੇ ਸਾਲੇ ਲੋਕ ਖਾਲ ਚ ਹੱਕੀ ਜਾਂਦੇ ਨੇ ਨਾ ਖਾਲ ਚ ਹੱਗਣਾ ਚਾਹੀਦਾ ਨਾ ਦਰਖਤ ਥੱਲੇ ਆਹ ਤਾਂ ਜਮੀ ਕੰਮ ਵੱਡਾ ਕਰਿਆ ਪਿਆ ਹੋਰ ਨਾ ਆਹ ਕੀ ਹੈ ਇਹ ਬਾਪੂ ਕਣਕ ਆ ਗਈ ਕਣਕ ਭੈਣ ਚੋਦਾ ਕਣਕ ਘੱਟ ਆ ਗੁੱਲੀ ਡੰਡਾ ਬਾਥੂ ਬਾਹਲਾ ਹੋਇਆ ਬਾਥੂ ਹੁਣ ਬਾਪੂ ਕੀ ਕਰਾਂ ਕਹਿ ਤਾਂ ਸਪਰੇਹਾਂ ਕਰਤੀਆਂ ਤੇ ਸਪਰੇਹਾਂ ਕਰਤੀਆਂ ਕੁਛ ਨੀ ਕਰਦਾ ਕੰਮ ਕੁੰਮ ਤੂੰ ਭੈਣ ਗੜੀ ਪਿਆ ਕਣਕ ਦੀ ਤੂੰ ਹੁਣ ਸਪਰੇਹ ਹੀ ਮਾੜੀਆਂ ਆਉਣ ਲੱਗ ਗਈਆਂ ਬਾਪੂ ਮੈਂ ਕੀ ਕਰਾਂ ਯਾਰ ਮਾੜੀਆਂ ਆਉਣ ਲੱਗ ਗਏ ਗਵਾਂਢੀਆਂ ਤਾਂ ਮਾੜੀਆਂ ਆਈਆਂ ਨੀ ਹੈਗੀਆਂ ਹੁਣ ਮੈਂ ਇਕੱਲਾ ਕਿੰਨਾ ਕਹੋ ਕਰਾਂ ਇਹਨੂੰ ਇਕੱਲਾ ਕਿੰਨਾ ਕਹੋ ਕਰਾਂ ਇੱਥੋਂ ਨੀ ਮਰਦੀ ਮੁਰਦੀ ਇਕੱਲੇ ਦੇ ਹਿਸਾਬ ਚ ਨੀ ਕੰਮ ਆ ਬਾਪੂ ਇਹ ਉਹ ਹਿਸਾਬ ਚ ਤਾਂ ਹੀ ਜਾ ਕਹਿਣਾ ਬੰਦਾ ਰੱਖ ਲੈ ਆਹ ਕੀ ਹੈ ਭੈਣ ਦਾ ਯਾਰ ਬੀ ਖਿੜ ਜੂਗਾ ਹੁਣ ਫੇਰ ਗੁੱਲੀ ਡੰਡਾ ਹੋ ਜੂ ਉਹ ਆਪਦਾ ਬੋਤੇ ਜਿੱਡਾ ਵਿਹਲਾ ਫਿਰਦਾ ਘਰੇ ਉਹ ਤੋਂ ਕੀ ਕਰਾਉਣਾ ਉਹ ਤਾਂ ਪੜਦਾ ਯਾਰ ਤੈਨੂੰ ਮੈਂ ਕਿਹਾ ਬੰਦਾ ਰੱਖਣਾ ਕੁਛ ਨੀ ਕਰਦਾ ਖੇਤ ਇੱਥੇ ਟੱਟੇ ਫੜਦਾ ਤੁਰਿਆ ਫਿਰਦਾ ਤੂੰ ਬੰਦਾ ਨੀ ਕੰਮ ਕਰਕੇ ਦਿੰਦਾ ਤੁਹਾਨੂੰ ਬੰਦਾ ਬੁੰਦਾ ਨੀ ਫਿਰਦਾ ਆ ਤਾਂ ਚੜ ਕੇ ਹੱਥ ਫੜ ਮੇਰਾ ਆ ਜਾ ਭੈਣ ਦਾ ਖਸਮ ਉਈ ਕਰੀਓ ਮੈਂ ਖੇਤ ਆ ਗਿਆ ਪਾਣੀ ਲਾਉਣ ਵਾਲੇ ਇਹਨਾਂ ਨੂੰ ਇੱਕ ਹੋਰ ਪਾਣੀ ਯਾਰ ਬਾਪੂ ਤੂੰ ਕਿਉਂ ਕਣਕ ਡਿੱਗੇ ਆਉਣੀ ਆ ਉਹ ਕਿਧਰੇ ਨੀ ਡਿੱਗਦੀ ਹਜੇ ਹਰੀ ਪਈ ਆ ਦਾਣਾ ਮੋਟਾ ਹੋ ਜੂ ਪਾਣੀ ਛੱਡ ਆਟੋਮੈਟਿਕ ਲਾ ਮੋਟਰ ਦਾ ਲਾਈਟ ਆ ਜਾਂਦੇ ਲਾਉਣੇ ਆ ਹਾਂ ਆ ਜਾ ਟੱਕਾ ਨੀ ਤੋੜਦੇ ਭੈਣ ਦੇ ਯਾਰ ਆ ਕੇ ਪਤਾ ਨੀ ਕੀ ਕਰਕੇ ਮੁੜ ਜਾਂਦੇ ਨੇ ਉਹ ਬਾਪੂ ਵੀ ਨਾ ਗੱਲ ਪਿਆ ਕਰ ਯਾਰ ਮਾੜੀ ਮਾੜੀ ਗੱਲ ਤੇ ਤੂੰ ਗੱਲ ਨਾ ਪਿਆ ਕਰ ਕੜੇ ਬੇਇੱਜ਼ਤੀ ਫੁੱਲ ਘੜਦੇ ਹੋ ਤੁਸੀਂ ਕਹਣਾ ਕਿ ਨਹੀਂ ਤੂੰ ਚਾਹ ਦੇ ਟਾਈਮ ਆਇਆ ਨਾ ਪਿੱਛੇ ਹੋ ਗਿਆ ਮਾਸਟਰ ਹਟਣਾ ਨਹੀਂ ਹੋਏ ਉਹ ਚੱਲ ਤੁਰਿਆ ਜਾਣ ਦੇ ਯਾਰ ਆਪੇ ਹਟ ਜੂ ਕਿਤੇ ਤਾਂ ਪਿੱਛੇ ਹਟਣਾ ਮਟ ਰਾਜਾ ਮੈਂ ਆ ਜਾਣਾ ਇਹ ਵੀ ਨਾਲ ਹੀ ਰੀਸ ਕਰਦੇ ਨੇ ਤੇਰੇ ਮਾਸਟਰ ਆ ਹਾਂ ਆਇਆ ਚਲੋ ਆਉਣਾ ਆਇਆ ਥੋੜਾ ਜਾ ਬੰਦ ਕਰ ਲਈਏ ਇੱਥੇ ਰੱਖ ਲੈ ਫਿਰ ਹੋਰ ਤੈਨੂੰ ਤਾਂ ਮੋੜਾ ਲੱਗਣਾ ਸਾਨੂੰ ਪਹੁੰਚਾ ਦੇਣਾ ਪੱਪਾ ਸਾਹਿਬ ਤੋਂ ਪਿਆਰ ਕਰਦੀ ਆ ਜਾਣ ਕੇ ਨੀ ਕਹਿੰਦੇ ਹੁਣ ਕਿਹੜਾ ਪਿਆਰ ਕਰਦੀ ਆ ਜਾਣਾ ਉਹ ਬਾਈ ਦੋ ਤੇਨੂੰ ਲਾ ਲਈ ਗਾਣ ਬਾਲਾ ਚਾਂਬਲ ਨਾ ਜਾਈ ਠੀਕ ਹੈ ਕਿਤੇ ਉਹ ਚੀਜ਼ ਨੂੰ ਹੱਥ ਪਾ ਲੇ ਕਦੇ ਉਸ ਨੂੰ ਪਾ ਲੇ ਮੇਰੇ ਕੋਲ ਇੰਨੇ ਪੈਸੇ ਹੈ ਨੀ ਗੇ ਤੁਹਾਨੂੰ ਪਤਾ ਹੀ ਆ ਮੈਂ ਕਿੰਨਾ ਕੁ ਸਮਾਨ ਲਾਉਣੀ ਆ ਕਿਤੇ ਨਹੀਂ ਤੂੰ ਜ਼ਿਆਦਾ ਚਾਂਬਲ ਜਾਣੀ ਹੁੰਦੀ ਦੁਕਾਨ ਤੇ ਜਾ ਕੇ ਹਾਂ ਨੀ ਹੋਰ ਗਲੀ ਪੱਕੀ ਬਣ ਗਈ ਤੁਹਾਨੂੰ ਪਤਾ ਨੀ ਅਸੀਂ ਤਾਂ ਅੰਦਰ ਹੀ ਬੈਠੇ ਰਹਿੰਦੇ ਕਿਤੇ ਕੁਛ ਕਰ ਲਿਆ ਕਿਤੇ ਕੁਛ ਕਰ ਲਿਆ ਸਿਕੜ ਬਾਹਰ ਨਿਕਲਦੀ ਆ ਨਾ ਬਾਹਰ ਨਿਕਲ ਨੂੰ ਫਿਰਦੀ ਆ ਹੁਣ ਤੂੰ ਨਹੀਂ ਜੀ ਵੈਸੇ ਗੱਲ ਕਰਦੀ ਸੀ ਮੈਂ ਤਾਂ ਨਿਕਲ ਜਾ ਜੇ ਨਿਕਲਣਾ ਤਾਂ ਆਏ ਹਾਏ ਤੁਸੀਂ ਤਾਂ ਉਹੀ ਭੱਜ ਪੈਣ ਵਾਲੇ ਹੋ ਸ਼ਰਮ ਲਾ ਲਓ ਸਾਰੀਆਂ ਤੁਸੀਂ ਕਿਆ ਬਸ ਆ ਹੁਣ ਬੀਹੀ ਚ ਤਾਂ ਟਿਕ ਜਾ ਬੀਹੀ ਚ ਉਹ ਤਾਂ ਬੀਹੀ ਤੋਂ ਜ਼ਿਆਦਾ ਆ ਇੱਧਰ ਦੀ ਜ਼ਿਆਦਾ ਆਈਏ ਜਾਣਤੇ ਹੈ ਰਮੀ ਸਰਕਲ ਕੇ ਚੈਂਪੀਅਨਸ ਕੀ ਕਹਾਣੀ ਉਨਹੀ ਕੀ ਜ਼ੁਬਾਨ ਮੇਰਾ ਨਾਮ ਨੀਲਮ ਨਾ ਨਾ ਆਏ ਦੀ ਨਹੀਂ ਜਾਂਦੇਗੇ ਆਏ ਦੀ ਕੀ ਹੋ ਗਿਆ ਉਹ ਨਹੀਂ ਜਾਂਦੇਗੇ ਆਏ ਦੀ ਬਸ ਕੋਈ ਨਾ ਮੈਂ ਘਰੇ ਚੱਕ ਕੇ ਲੈ ਜੂੰਗਾ ਚੱਲਦੇ ਆ ਚੱਲ ਕੋਈ ਨੀ ਆਜ ਉਧਰ ਚੱਲਦੇ ਆਪਾਂ ਉਹ ਮੰਨ ਵੀ ਲਿਆ ਕਰੋ ਕਦੇ ਗੱਲ ਆਏ ਹਾਏ ਉਹ ਕਿਹੜਾ ਉੱਥੇ ਬੈਠਾ ਹੋਣਾ ਵਾ ਕੀ ਸੀ ਆਪਾਂ ਪਾ ਲਿਆ ਤੁਸੀਂ ਚੱਲ ਵੜੋ ਕੀ ਹੋ ਗਿਆ ਫਿਰ ਚੱਲ ਮਰ ਲੋ
ਗੱਲ ਤਾਂ ਫਿਰ ਮੰਨਣੀ ਨਹੀਂ ਨਾ ਕੋਈ ਭੈਣ ਚੋਦ ਦੀ, ਮੈਂ ਤਾਂ ਕੰਜਰ ਆ ਫਿਰ। ਆ ਜਾਓ, ਨਹੀਂ ਕਦੇ ਕੋਈ ਬੰਦਾ ਗੱਲ ਤਾਂ ਮੰਨ ਲੈ, ਇੱਕ ਕੋਈ ਗੱਲ ਤਾਂ ਮੰਨ ਲੈ। ਚਲੋ ਚਲੋ ਕਰੋ ਕਰੋ ਮੂਹਰੇ ਲੱਗੋ ਟਰੈਕਟਰ ਹੈਗਾ ਇੱਕ ਯਾਰ, ਉਹ ਤਾਂ ਕੱਖ ਕੁੱਖ ਲਿਆਉਣ ਨੂੰ ਕਹਿੰਦਾ, ਕੰਜਰ ਇੱਕ ਹੋਰ ਲਿਆਉਣ ਨੂੰ। ਆਸ਼ਾ ਵਧੀਆ, ਮੇਰੇ ਖਿਆਲ ਜ਼ਮੀਨ ਹੀ ਖਰਚਾ ਇਹਦਾ। ਇਹ ਤਾਂ ਵਧੀਆ ਨੀ ਲੱਗਦਾ ਮਗਰਾ ਯਾਰ। ਉਹ ਵਧੀਆ ਨੂੰ ਕੀ ਕਰੇਗਾ ਭੈਣ ਦਾ, ਇੱਕ ਟੈਂਕੀ ਭਰ ਕੇ ਮਹੀਨਾ ਕੰਮ ਕਰੀ ਜਾਂਦਾ ਇਹ। ਇਹ ਤਾਂ ਪੱਠੇ ਵਾਲਿਆਂ ਕੋਲੇ ਹੁੰਦੇ ਨੇ, ਮਰੀ ਜਾਂਦਾ ਹੁਣ ਨੇ ਪੱਠਿਆਂ ਕੋਲੇ, ਜੱਟਾਂ ਕੋਲੇ ਪਹਿਲਾਂ ਇਹੀ ਹੁੰਦੇ ਸੀ। ਤਾਂ ਤੁਸੀਂ ਕਮਲੇ ਮੁੰਡੇ ਹੋ ਗਏ ਯਾਰ, ਤਾਂ ਬੜਾ ਤਗੜਾ ਟਰੈਕਟਰ ਹੈ। ਉਹ ਤੂੰ ਤਾਂ ਪੁਰਾਣੇ ਟਾਈਮ ਦੀਆਂ ਗੱਲਾਂ ਕਰੀ ਜਾਂਦਾ ਯਾਰ। ਹੁਣ ਵੀ ਭੈਣ ਜਦੋਂ ਤੇਲ ਤਾਂ ਦੇਖ 100 ਰੁਪਏ ਲੀਟਰ ਹੋ ਗਿਆ ਮਗਰਾ। ਓਏ ਹਾਂ, ਉਹ ਆਉਂਦੀਆਂ ਨੇ ਓਏ ਯਾਰ, ਵਾ ਸਿਖਰ ਦੁਪਹਿਰੇ ਕਿੱਧਰ ਆ ਗਿਆ ਮੇਲਾ। ਇਹ ਤਾਂ ਬਣੀਆਂ ਠਣੀਆਂ ਫਿਰਦੀਆਂ ਨੇ ਅੱਜ ਤਾਂ। ਓਏ ਕਾਲੀ ਨਾਲ ਲੜਨਾ ਪਊ ਭੈਣ ਚੋ ਨਾਲ ਨਾਲ, ਨਾ ਦਿਮਾਗ ਖਵਾਇਆ ਕਰੋ ਭੈਣ ਚੋ, ਮੇਰੀ ਕਦੇ ਨਾੜੀ ਫੜ ਜੂਗੀ ਦਿਮਾਗ ਲਈ। ਚਲ ਕੋਈ ਨੀ ਜੀ, ਠੰਡੇ ਹੋ ਜਾ, ਠੰਡੇ ਹੋ ਜਾ। ਉਹ ਖੜਾ ਤੇਰਾ ਕੁਛ ਲੱਗਦਾ। ਕੌਣ? ਉਹ ਮੱਗਰ, ਉਹ ਖੜਾ ਗਾ ਭਾਈ। ਮੈਂ ਕਿਹਾ ਫਿਰ ਕੀ ਹੋ ਗਿਆ, ਉਹ ਖੜਿਆ ਗਾ, ਉਹਦੇ ਪਿੱਛੇ ਹੁਣ ਪਿੰਡ ਨਾਲ ਛੱਡ ਕੇ ਭਾਜੀਏ। ਪਿੰਡ ਪੁੰਡ ਛੱਡਣ ਦਾ ਨਹੀਂ ਪਤਾ, ਚਲੋ ਉਧਰ ਦੀ ਚੱਲਦੇ ਆ। ਇਹ ਤਾਂ ਚਾਹੁੰਦੀ ਆ ਵੀ ਮੈਂ ਇੱਧਰ ਦੀ ਆਵਾਂ। ਹਾਂ ਮੇਰੀ ਗੱਲ ਸੁਣ ਲਾ, ਇੰਨਾ ਗੇੜ ਪਾ ਕੇ ਉਧਰ ਦੀ ਜਾਣਾ ਸੌਖਾ ਨਹੀਂ ਪਿਆ ਸਿਆ, ਉਧਰ ਹੀ ਚੱਲੀਏ, ਉਧਰ ਹੀ ਚੱਲੀਏ, ਇੱਧਰ ਦੀ ਚੱਲਾਂਗੇ, ਕਿਧਰੇ ਨਹੀਂ ਉਹ ਮੂੰਹ 'ਚ ਪਾਉਂਦਾ। ਅੱਗੇ ਕਦੇ ਤੁਰੀ ਨਹੀਂ ਤੂੰ, ਜਿਹੜਾ ਤੂੰ ਅੱਜ ਤੁਰੇਂਗੀ ਫਿਰ ਤੈਨੂੰ ਜੇ ਇੱਧਰ ਦੀ ਵਾਲੀ ਆ ਤੈਨੂੰ ਕੀ ਹੋ ਜੂਗਾ। ਉਹ ਤੇਰਾ ਖੜਾ ਕੁਛ ਲੱਗਦਾ ਦੇਖ ਤਾਂ ਲੈ। ਆ ਜਾ ਕੋਈ ਨਾ, ਖੜਾ ਰਹਿਣ ਦੇ, ਜਿੱਧਰ ਮੇਰਾ ਬੰਦਾ ਕਹੂਗਾ ਮੈਂ ਤਾਂ ਉਧਰ ਜਾਊਂਗੀ। ਮਰ ਲੈ, ਮੇਰਾ ਬੰਦਾ ਤਾਂ ਬਹੁਤ ਕੁਛ ਕਹੂਗਾ, ਹੁਣ ਤਾਂ ਤੂੰ ਬਾਹਰ ਹੀ ਗਾਂ ਬੰਦੇ ਦੇ ਉਹ 'ਚ ਚੱਲਦੀ ਆ ਕੰਟਰੋਲ 'ਚ।